अस्सलाम वालेकुम दोस्तों, मैं थोड़ा वीर प्रासोली पंजाबी पिजन व्लॉग जी। तुसी देख रहे हो थोड़ा अपना यूट्यूब चैनल। अज असीं आए हैं जी उस्ताद रफीक साहब 5512 ਚ ਜੀ ਉਸਤਾਦ ਰਫੀਕ ਸਾਹਿਬ ਕੋਲ ਜੀ। ਇਨਸ਼ਾਅੱਲਾ ਉਸਤਾਦਾਂ ਨਾਲ ਬਹੁਤ ਅੱਛੇ ਉਸਤਾਦ ਨੇ, ਬੜੇ ਚੰਗੀ ਕਬੂਤਰਬਾਜ਼ੀ ਕੀਤੀ। ਅੱਜ ਤੋਂ ਪਹਿਲੇ ਕਾਫੀ ਦੇਰ ਦੇ ਪੁਰਾਣੇ ਸੀ ਉਸਤਾਦ ਨੇ ਜੀ, ਤੇ ਬੜੇ ਅੱਛੇ ਕਬੂਤਰ ਨੇ, ਬੜੇ ਮਸ਼ਹੂਰ ਕਬੂਤਰ ਨੇ ਇਹਨਾਂ ਦੇ ਜੀ। ਇਹਨਾਂ ਨਾਲ ਤੁਹਾਡਾ ਤਾਰਫ ਵੀ ਕਰਵਾਉਂਦੇ ਆ ਉਸਤਾਦ। ਉਹਨਾਂ ਦੇ ਉੱਲੂ ਵਾਲੇ ਕਬੂਤਰ ਬਹੁਤ ਜ਼ਿਆਦਾ ਪੁਰਾਣੇ ਮਸ਼ਹੂਰ ਨੇ ਜੀ, ਤੇ ਉਸਤਾਦ ਬਾਬਾ ਭੂਮਾ ਵੀ ਅੱਜ ਸਾਡੇ ਨਾਲ ਮੌਜੂਦ ਹੈ ਜੀ। ਸਾਰੀਆਂ ਗੱਲਾਂ ਬਾਤਾਂ ਕਰਾਵਾਂਗੇ, ਇਹਨਾਂ ਤੋਂ ਬਾਅਦ ਉਸਤਾਦ ਬਾਬੇ ਭੂਮੇ ਦਾ ਵੀ ਤੁਹਾਨੂੰ ਇੰਟਰਵਿਊ ਕਰਾਵਾਂਗੇ। ਸਭ ਚੜ੍ਹਦੇ ਪੰਜਾਬ ਵਾਲੇ ਵੀ ਸਾਡੇ ਵੀਰ ਭਰਾ ਵੇਖਣ ਵਾਲੇ, ਉਹਨਾਂ ਨੂੰ ਬਹੁਤ ਅੱਛੀਆਂ ਗੱਲਾਂ ਤੇ ਬੜੀ ਅੱਛੀ ਕਬੂਤਰਬਾਜ਼ੀ ਦੀ ਸਮਝ ਆਏਗੀ ਜੀ। ਅਸਲਾਮ ਅਲੈਕੁਮ ਉਸਤਾਦ ਜੀ। ਬਲਸਾਂ ਜੀ। ਉਸਤਾਦ ਜੀ ਪਹਿਲੇ ਆਪਣਾ ਪੂਰਾ ਨਾਮ ਦੱਸੋ ਜੀ। ਮੈਨਾਂ ਜੀ ਮੁਹੰਮਦ ਰਫੀਕ ਜੀ। ਮੁਹੰਮਦ ਰਫੀਕ ਰਫੀਕ ਜੀ, ਠੀਕ ਹੋ ਗਿਆ ਜੀ। ਹਾਂਜੀ। ਤੇ ਉਸਤਾਦ ਜੀ ਕਬੂਤਰਬਾਜ਼ੀ ਦਾ ਸ਼ੌਕ ਤੁਹਾਨੂੰ ਕਿਵੇਂ ਲੱਗਾ, ਕਿੱਥੋਂ ਲੱਗਾ ਜੀ? ਇਹ ਜੀ ਮੈਂ ਛੋਟਾ ਜਿਹਾ ਮੇਰੇ ਤਾਏ ਦੇ ਪੌਦੇ ਰੱਖੇ ਸੀਗੇ ਕਬੂਤਰ। ਅੱਛਾ ਜੀ। ਕਬੂਤਰ ਸੀ ਉਹਦੇ ਚੰਗੇ ਉੜਦੇ ਜੀ, ਤੇ ਮੈਂ ਉਹਦੇ ਕੋਲ ਬਹਿੰਦਾ ਉੜਦਾ ਸੀ। ਮੈਂ ਉਹਨੂੰ ਕਿਹਾ ਯਾਰ ਮੈਨੂੰ ਵੀ ਦੇ ਕਬੂਤਰ ਜੀ। ਉਹਨੇ ਕਿਹਾ ਲੈ ਜਾ। ਮੈਂ ਕਿਹਾ ਮੈਂ ਨਹੀਂ ਲਿਜਾਣੇ ਜੀ। ਫਿਰ ਉਹਦੇ ਕਬੂਤਰ ਨਾ ਦੋ ਇੱਕ ਜੋੜਾ ਕਿਤੇ ਲਾਮ ਗਿਆ ਸੀ ਬਾਜੀਆਂ ਉੱਡਣ ਵਾਸਤੇ ਜੀ, ਉੱਥੋਂ ਵਾਪਸ ਆ ਗਿਆ ਮੁੜ ਕੇ। ਅੱਛਾ ਜੀ। ਮੈਂ ਉੱਥੇ ਉਹਦੇ ਕੋਲ ਬੈਠਾ। ਅੱਛਾ ਜੀ। ਮੈਨੂੰ ਕਹਿੰਦਾ ਰਫੀਕ ਆ ਕੇ ਲੈ ਜਾ, ਤੈਨੂੰ ਕਿਹਾ ਕਬੂਤਰ, ਮੈਂ ਕਿਹਾ ਦੇਣਾ ਤੇ ਆਹ ਜੋੜਾ ਦੇ ਮੈਨੂੰ। ਅੱਛਾ ਜੀ। ਉਹ ਜੋੜਾ ਲੈ ਲਿਆ ਉਹਦੇ ਕੋਲ। ਕਿਹੜੇ ਆਰਾਮ ਦਾ ਜੋੜਾ ਸੀ? ਕਾਲਾ ਚੀਨਾ ਕਬੂਤਰ ਸੀ, ਕਾਲੀ ਚੀਨੀ ਕਬੂਤਰੀ। ਅੱਛਾ, ਠੀਕ ਹੋ ਗਿਆ। ਤੇ ਮੈਂ ਉਹ ਲੈ ਲਿਆ ਜੋੜਾ ਜੀ। ਮੈਂ ਉਹ ਦੇਖਣਾ ਬੱਚੇ ਕਢਾ ਲਿਆ। ਅੱਛਾ ਜੀ। ਬੱਚੇ ਕਢਾ ਕੇ ਮੈਂ ਉਹਨਾਂ ਨੂੰ ਉਡਾਉਣਾ ਸ਼ੁਰੂ ਕਰ ਲਿਆ। ਅੱਛਾ ਜੀ। ਕਬੂਤਰ ਮੇਰੇ ਕਾਫੀ ਚੰਗੇ ਬਣ ਗਏ ਉੱਥੋਂ ਹੀ, ਗਾਹ ਫਿਰ ਜਿਹੜੇ ਮੈਂ ਗਾਹ ਬਣਾ ਲਿਆ। ਬੱਚੇ ਕਢਾਏ ਤੁਸੀਂ ਪਹਿਲੇ ਪਹਿਲੇ ਜੋੜਾ, ਉਹ ਕਿਵੇਂ ਉੱਡੇ ਤੁਹਾਡੇ? ਬਹੁਤ ਹੀ ਚੰਗੇ ਉੱਡੇ। ਅੱਛਾ ਜੀ। ਬਹੁਤ ਹੀ ਚੰਗੇ। ਅੱਛਾ ਜੀ। ਉਸ ਜੋੜੇ ਦਾ ਪਹਿਲਾ ਬੱਚਾ ਸੀ ਹੈ ਨਾ, ਇਹ ਜਿਹੜੀ ਆ 51 ਬਾਰਾਂ 51-12 ਇੱਥੇ ਲਿਆਣ ਕੇ ਛੱਡ ਦਿੱਤਾ ਉਹ ਜੀ। ਬੱਚਾ ਲਾਪਿਆ ਸਰਦਾ, ਅਣਕਲੀਆ ਬੱਚਾ ਉਹ ਜੀ। 5 ਵਜੇ ਜਾ ਕੇ ਮੀਂਹ ਤੇ ਨੇਰੀ ਆ ਗਏ, ਸਾਡਾ ਬੱਚਾ ਵਿੱਚ ਨਾ ਚੌਂ ਕੁਤਰਾਂ ਦਾ ਸਾਂਝਾ ਹੋ ਗਿਆ ਸੀਗਾ ਉੱਥੇ, ਅਸੀਂ ਉਹ ਪਾ ਲਿਆ। ਫਿਰ ਇੱਥੋਂ ਗਾਂ ਵੱਧਦੀ ਵੱਧਦੀ ਫਿਰ ਗੱਲ ਗਾਂ ਵੱਧ ਗਈ। ਫਿਰ ਜਨਾਬ ਅਸੀਂ ਉਹ ਬਨਵਾ ਥਾਣਾ ਸ਼ਾਹਕੋਟ 57 ਚੱਕ ਉੱਥੇ। ਅੱਛਾ, 57 ਟੈਂਡਰ ਵਾਲਾ। ਹਾਂ, ਟੈਂਡਰ ਵਾਲਾ। ਅੱਛਾ ਜੀ। ਉੱਥੇ ਜਾ ਕੇ ਅਸੀਂ ਕਬੂਤਰ ਕੇ ਛੱਡਿਆ ਜੀ। ਜਦੋਂ ਛੱਡਿਆ ਤੇ ਕਬੂਤਰ 25-30 ਕਬੂਤਰ ਉੱਡੇ ਉੱਥੇ। ਅੱਛਾ ਜੀ। ਉਹ ਅਸੀਂ ਉੱਥੇ ਆਪਦਾ ਛੱਡ ਕੇ ਬਹਿ ਗਏ ਤੇ ਪਿੰਡ ਦਾ ਮੁੰਡਾ ਹੋਵੇ ਇੱਕ ਉੱਥੇ ਜੀ, ਟਿਕੜੀ ਉਹਦਾ ਨਾਂ ਹੋਵੇ ਜੀ, ਉਹਨੇ ਕਬੂਤਰ ਛੱਡੇ 5। ਅੱਛਾ। 5 ਕਬੂਤਰ ਛੱਡੇ ਉਹਨੇ, ਤੇ ਫਕਰ ਸਾਨੂੰ ਵੀ ਆਪਦੇ ਜਾਨਵਰ ਤੇ ਬਹੁਤ ਜ਼ਿਆਦਾ ਸੀਗਾ। ਅੱਛਾ ਜੀ। ਤੁਹਾਨੂੰ ਵੀ ਆਪਣੇ ਜਾਨਵਰ ਤੇ ਬਹੁਤਾ ਹੀ ਫਕਰ ਸੀ ਸਾਨੂੰ? ਅੱਛਾ ਜੀ। ਉਹ ਇੱਦਾਂ ਪੈਸੇ ਲੱਗੇ ਦੇਣ ਮੁੱਢ ਦੇ ਜੀ, ਨੋਟ ਨੂੰ ਲਾਲ ਰੰਗ ਲੱਗਾ ਹੋਇਆ ਤੁਹਾਡੇ ਵਾਲੇ ਨੋਟ, ਉਹਨਾਂ ਦੇ ਨੋਟ ਨੂੰ। ਅੱਛਾ ਜੀ। ਮੈਂ ਉਹਨੂੰ ਕਹਿੰਦਾ ਓਏ ਆਹ ਨੋਟ ਬਦਲਾ ਦੇ। ਅੱਛਾ ਜੀ। ਕੀ ਗੱਲ? ਮੈਂ ਕਿਹਨੂੰ ਰੰਗ ਲੱਗਾ? ਅੱਛਾ ਜੀ। ਵੀ ਅਸੀਂ ਕਿਹੜਾ ਹੋਊਗਾ ਜਦੋਂ ਨੋਟ ਨੂੰ ਰੰਗ ਲੱਗਾ ਤੁਸੀਂ? ਹਾਂ, ਵੀ ਇਹ ਲੈਣਾ ਕਿੰਨੇ ਆ? ਅੱਛਾ ਜੀ। ਬਹੁਤ ਗਰਮੀ ਸੀ ਤੇ ਬਹੁਤ ਜ਼ਿਆਦਾ ਗਰਮੀ। ਅੱਛਾ। ਬਹੁਤ ਹੀ ਜ਼ਿਆਦਾ ਗਰਮੀ। ਅਸੀਂ ਦੋਵੇਂ ਜਾਂਦੇ ਹੁੰਦੇ ਸੀ 6:30 ਵਜੇ ਸਾਡਾ ਕਬੂਤਰ ਵਧਿਆ ਉੱਥੇ। ਅੱਛਾ ਜੀ। 6:30 ਵਜੇ ਜਾ ਕੇ ਤੇ ਇਕੱਲਾ ਹੋ ਕੇ ਵਧਿਆ। ਅੱਛਾ ਜੀ। ਉਹਨੂੰ ਕਿਹਾ ਤੈਨੂੰ ਸਵੇਰੇ ਕਹੇ ਨੋਟ ਬਦਲਾ ਕੇ, ਹੁਣ ਸਾਨੂੰ ਬਦਲਾ ਕੇ ਦੇਣਾ ਉਹ ਤੂੰ। ਅੱਛਾ ਜੀ। ਨੋਟ ਲੈ ਲਿਆ। ਅੱਛਾ। ਅਸੀਂ ਨੇੜੇ ਕਬੂਤਰ ਪਾਇਆ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਫਿਰ ਜਨਾਬ 7 ਚੱਕ ਅਕਬਾਲ ਨਗਰ ਦੇ ਕੋਲੇ। ਅੱਛਾ ਜੀ। ਉੱਥੇ ਅਸੀਂ ਕਬੂਤਰ ਲੈ ਗਿਆ। ਅੱਛਾ ਜੀ। ਉੱਥੇ ਜਾ ਕੇ ਅਸੀਂ ਕਬੂਤਰ ਛੱਡੇ ਤੇ 40-45 ਕਬੂਤਰ ਉੱਡੇ ਜੀ, ਤੇ ਇੱਦਾਂ ਹੀ ਆਪਦਾ ਬੈਠੇ ਉੱਥੇ। ਅੱਛਾ ਜੀ। ਮੁੰਡੇ ਭੱਟੀਆਂ ਦੇ ਹੋਣ ਉੱਥੇ। ਹਾਂਜੀ। ਉਹਨਾਂ ਵਾਹਵਾ ਗੱਪ ਛੱਪ ਸੀ ਮੇਰੀ। ਅੱਛਾ ਜੀ। ਤੇ ਆਖੇ ਰਫੀਕ ਆ ਗਿਆ, ਮੈਂ ਕਿਹਾ ਹਾਂ ਆ ਗਿਆ ਵੇ। ਅੱਛਾ ਜੀ। 3:30 ਵਜੇ ਹੈ ਨਾ ਜੀ, ਕਬੂਤਰ ਰਹਿ ਗਏ 2। ਅੱਛਾ ਜੀ। ਇੱਕ 3 ਵਾਲਿਆਂ ਦਾ ਜੀ, ਇੱਕ ਸਾਡਾ। ਅੱਛਾ ਜੀ। ਦੋਨੇ ਮਾਰਿਆ ਚੱਕਰ, ਮੈਂ ਕਿਹਾ ਟਾਈਮ ਲਾ ਦੇ ਵੇ। ਅੱਛਾ ਜੀ। ਉਹਨੇ ਕਿਹਾ ਵੀ ਕਬੂਤਰ ਤਾਂ ਯਾਰ ਦੋਵੇਂ ਨਹੀਂ ਦੇਖਦੇ। ਮੈਂ ਕਿਹਾ ਦੋਵਾਂ ਦਾ ਲਾ ਤੂੰ ਟਾਈਮ। ਅੱਛਾ। ਸਾਨੂੰ ਪਤਾ ਵੀ ਸਾਡਾ ਨਹੀਂ ਤਾਂ ਜਾਂਦਾ ਕਬੂਤਰ। ਹਾਂਜੀ। ਮਿੰਟ 15 ਵਜੇ ਸਾਡਾ ਕਬੂਤਰ ਚਮਕ, ਮੈਂ ਸਾਡਾ ਕਬੂਤਰ ਸਾਹਮਣੇ ਵੇਖ ਲਾ ਯਾਰ, ਠੀਕ ਆ। ਅੱਛਾ। ਉਹ ਆਪਦਾ ਜਨਾਬ ਕਿਹਾ ਜੋੜਾ ਹੀ ਰਹਿ ਗਿਆ ਸੀਗਾ ਜੀ, ਮੇਰੇ ਤਾਏ ਦਾ ਪੁੱਤ ਮੇਰੇ ਨਾਲ ਗਿਆ ਤੇ ਮੈਨੂੰ ਕਹਿੰਦਾ ਢਾਂਗੀ ਲਾ ਲਈਏ। ਮੈਂ ਕਿਹਾ ਨਹੀਂ, ਟਾਈਮ ਕਰਕੇ ਟਾਈਮ ਹੋਊਗਾ ਫਿਰ ਕਬੂਤਰ ਢਾਂਗੀ ਲਾਵਾਂਗੇ ਆਪਾਂ। ਉੱਦਾਂ ਢਾਂਗੀ ਨਹੀਂ ਲਾਉਣੀ, ਉੱਦਾਂ ਨਹੀਂ ਲਾਉਣੀ ਢਾਂਗੀ ਆਪਾਂ। ਮੈਂ ਕਿਹਾ ਜਦ ਤੱਕ ਟਾਈਮ ਨਾ ਹੋਇਆ। ਅੱਛਾ। ਖੈਰ ਟਾਈਮ ਹੋ ਗਿਆ, ਅਸੀਂ ਢਾਂਗੀ ਲੈ ਕਬੂਤਰ ਪਾ ਲਿਆ। ਅੱਛਾ। ਮੁੰਡੇ ਉਹ ਭੱਟੀਆਂ ਦੇ ਸੀਗੇ, ਉਹ ਕਹਿਣ ਲੱਗੇ ਉਹ ਜਾ ਪੱਖਾ ਹਾ ਜਿਹੜਾ ਹੈ ਨਾ, ਇਹ ਉੱਥੋਂ ਜਾ ਕੇ ਬਦਲਾ ਕੇ ਲਿਆ ਜਾ ਕੇ, ਇਹ ਪੱਖਾ ਰਫੀਕ ਨੂੰ ਨਹੀਂ ਦੇਣਾ, ਇਹ ਆਪਣਾ ਵੇਲੀ ਬੰਦਾ ਵਾ, ਇਹਨੇ ਗਾਲਾਂ ਕੱਢੂਗਾ ਆਪਾਂ ਨੂੰ। ਅੱਛਾ ਜੀ। ਖੈਰ ਉਹ ਪੱਖਾ ਬਦਲਾ ਕੇ ਲਿਆਏ ਜਾ ਕੇ, ਉਹ ਉਹਨੇ ਕਿਹਾ ਆ ਦੇਣਾ ਤੈਨੂੰ ਪੱਖਾ, ਅਸੀਂ ਕਹਿੰਦਾ ਠੀਕ ਹੋ ਗਿਆ, ਅਸੀਂ ਆ ਚੁੱਕਾ ਚੁੱਕੇ ਸ਼ਾਮੀ ਘਰ ਆ ਗਏ। ਫਿਰ ਉਸ ਤੋਂ ਬਾਅਦ 57 ਚੱਲ ਗਏ,
उस इलाके दे विच अच्छा जी ना 48 च 48 चढ़ियाने हां 48 चल गए सी अच्छा अनसुबा इलाका साडा पहली दफा उथे गए अच्छा जी ਅਸੀਂ ਜਾ ਕਬੂਤਰ ਛੱਡਤਾ ਉੱਥੇ ਕਾਲੀ ਚੀਨੀ ਕਬੂਤਰੀ ਹੋਏ ਮੇਰੇ ਉਹ ਅਤੇ ਬੜਾ ਟਕਾ ਕਬੂਤਰੀ ਦਾ ਬਹੁਤਾ ਹੀ ਜ਼ਿਆਦਾ ਅੱਛਾ ਜੀ ਅਸੀਂ ਜਾ ਕੇ ਛੱਡਤੀ ਉੱਥੇ ਅਤੇ ਕਬੂਤਰ ਲਾ ਕੇ ਉੱਡਣ ਉਹਦੇ ਸਾਲ ਸੀ ਨਾ ਮੈਨੂੰ ਬੜਾ ਤੰਗ ਕਰਨ ਉੱਥੇ ਕਿ ਮੈਂ ਇਕੱਲਾ ਬੰਦਾ ਸੀਗਾ ਅਤੇ ਮੈਨੂੰ ਸ਼ੌਕ ਸੀ ਬਹੁਤ ਦੂਰ ਦੂਰ ਜਾ ਕਬੂਤਰਬਾਜ਼ੀ ਕਰਨ ਦਾ ਅਤੇ ਮੈਨੂੰ ਬੜਾ ਤੰਗ ਕਰਨ ਮੈਂ ਕਿਹਾ ਯਾਰ ਇੰਨਾ ਤੰਗ ਨਾ ਕਰ ਮੇਰਾ ਜਾਨਵਰ ਨਹੀਂ ਜਾਂਦਾ ਮੈਨੂੰ ਇੱਥੇ ਪਤਾ ਵਾ ਅੱਛਾ ਜੀ ਆਖੇ ਯਾਰ ਦਿਸਦਾ ਨਹੀਂ ਗਾ ਮੈਂ ਕਿਹਾ ਆ ਜਾ ਉਹਦੇ ਮੈਂ ਉਹਨੂੰ ਚੌਂਕ ਸੀ ਜਾ ਕੇ ਬਹਾ ਲਿਆ ਜੀ ਮੈਂ ਕਿਹਾ ਆ ਜਾ ਇੱਥੇ ਬਹਿ ਜਾ ਆਹ ਮਸਜਿਦ ਆ ਨਾ ਮੈਂ ਕਿਹਾ ਜੀ ਇੱਥੇ ਇਹਨੇ ਥਾਂ ਆਉਣਾ ਵਾ ਇੱਥੋਂ ਇਹਨੇ ਤਾਂ ਜਾਣਾ ਅੱਛਾ ਇੱਥੇ ਦੇਖ ਰਹੀ ਜਦੋਂ ਤੇਰਾ ਦਿਲ ਕਰੇ ਉੱਥੇ ਦੇਖ ਰਹੀ ਆਖੇ ਠੀਕ ਹੋ ਗਿਆ ਇਕੱਲਾ ਬੰਦਾ ਸੀ ਮੈਂ ਲਓ ਜੀ ਉਹੋ ਹੀ ਗੱਲ ਆਪਦਾ ਆਉਂਦੇ ਜਾਂਦੇ ਨਹੀਂ ਉੱਥੇ ਡੋਗਰਾਂ ਦਾ ਮੁੰਡਾ ਹੋਵੇ ਉੱਥੇ ਉਹਦਾ ਕਬੂਤਰ ਇਕੱਲਾ ਰਹਿ ਗਿਆ ਉੱਥੇ ਅਤੇ ਇੱਕ ਕਬੂਤਰ ਦਾ ਟਾਈਮ ਲੱਗਾ ਅਤੇ ਉਹਦਾ ਹੁਣ ਕਬੂਤਰ ਹੈ ਨਾ ਮੰਦਾ ਹੋ ਗਿਆ ਮੈਨੂੰ ਕਹਿੰਦਾ ਵੀ ਭਾਈ ਰਫੀਕ ਮੈਂ ਕੀ ਗੱਲ ਆ ਆਖਿਆ ਆਪਾਂ ਸਾਂਝੀ ਕਰ ਲਈ ਮੈਂ ਕਿਹਾ ਵੀ ਯਾਰ ਜਲ ਤਾਂ ਮੇਰਾ ਨਾਮ ਮੰਨੇ ਫਿਰ ਮੈਂ ਸੋਚੀ ਮੈਂ ਕਿਹਾ ਯਾਰ ਮੈਂ ਇਕੱਲਾ ਬੰਦਾ ਨਵਾਂ ਇਲਾਕਾ ਪਤਾ ਨਹੀਂ ਕੀ ਕਰਨਗੇ ਮੇਰੇ ਨਾਲ ਇਹ ਮੈਂ ਕਿਹਾ ਵੀ ਯਾਰ ਟਾਈਮ ਹੈ ਕਬੂਤਰ ਦਾ ਉਹਨੂੰ ਕਿਹਾ ਜਿਸ ਤਰ੍ਹਾਂ ਟਾਈਮ ਕਹਿੰਦਾ ਨਾ ਉਹ ਕਬੂਤਰ ਅੱਗੇ 2 ਵਜੇ ਆਣ ਕੇ ਛੁੱਟ ਗਿਆ ਇੱਥੇ ਨਾਲ ਦੇ ਪਿੰਡ ਦਾ ਕਬੂਤਰ ਆ ਉਹ ਟਾਈਮ ਦੀ ਟੈਨਸ਼ਨ ਨਾਲ ਮੈਨੂੰ ਸਾਂਝੀ ਕਰ ਮੈਂ ਚਲੋ ਠੀਕ ਆ ਸਾਂਝੀ ਕਰ ਲਾ ਯਾਰ ਉਹਨੇ ਢੰਗ ਹੀ ਚੱਕਿਆ ਆਪਦਾ ਬਹਾ ਲਿਆ ਕਬੂਤਰ ਉਹਨੇ ਮੁੰਡੇ ਭਜਾਏ ਉੱਥੇ ਅਗਲੇ ਘਰੇ ਉਹਨੂੰ ਕਿਹਾ ਬਸ ਵੀ ਹੁਣ ਨਹੀਂ ਉੱਡਣ ਦੇਣਾ ਬਸ ਕਰ ਜਾ ਖਰ ਉਹਨੇ ਮੇਰਾ ਕਬੂਤਰ ਬਹਾਇਆ ਬਹਾ ਕੇ ਫਿਰ ਮੈਨੂੰ ਦਿੱਤਾ ਬਾਜੀ ਅੱਧੀ ਦਿੱਤੀ ਮੈਨੂੰ ਉੱਥੇ ਵੀ ਪੱਖਾ ਸੀਗਾ ਮੈਨੂੰ ਕਹਿੰਦਾ ਤੇਰਾ ਹੱਕ ਬਣਦਾ ਪੱਖਾ ਤੇਰਾ ਬਾਜੀ ਉਦੋਂ ਅੱਧੀ ਆਪਣੀ ਅੱਛਾ ਚਲੋ ਠੀਕ ਹੋ ਗਿਆ ਯਾਰ ਲਓ ਸ਼ਾਮੀ ਪੱਖਾ ਉੱਥੋਂ ਲੈਣਾ ਸੀ ਫਿਰ ਘਰ ਅਸੀਂ ਆ ਗਏ ਅਤੇ ਉਹ ਗੱਲ ਕਰਦੀ 14 ਦੜੇ ਮੈਂ ਛੱਡੀ ਉਹ ਕਬੂਤਰੇ 14 ਦੜੇ 14ਵਾਂ ਦੜਾ 31 ਨਾ ਸਾਡੇ ਪਰਲੇ ਪਾਸੇ ਇੱਥੇ ਆਉਣ ਕੇ ਛੱਡੀ ਇੱਥੇ ਬਖਸ਼ੀ ਨਾਲ ਸਾਂਝੀ ਹੋਈ ਸੀ ਮੇਰੀ ਕਬੂਤਰੀ ਬਖਸ਼ੀ ਬਖਸ਼ੀ ਨਾਲ ਅੱਛਾ ਹਾਂ ਬਖਸ਼ੀ ਨਾਲ ਇੱਥੇ ਮੈਂ ਸਾਂਝੀ ਕੀਤੀ ਸੀ ਉਹ ਕਬੂਤਰੀ ਅਤੇ ਬਹੁਤ ਹੀ ਜ਼ਿਆਦਾ ਚੰਗੇ ਸੀ ਜਾਨਵਰ ਜਿਹੜੇ ਤੁਹਾਡੇ ਕੋਹਲੂ ਵਾਲੇ ਕਬੂਤਰ ਮਸ਼ਹੂਰ ਹੋਏ ਸੀ ਉਹ ਕਿਵੇਂ ਮਸ਼ਹੂਰ ਹੋਏ ਮਸ਼ਹੂਰ ਬਸ ਇੱਦਾਂ ਹੀ ਫਿਰ ਅਸੀਂ ਇੱਥੇ ਸੌਲੀ ਰਾਜਿਆਂ ਵਾਲਾ ਇੱਥੇ ਅਸੀਂ ਕਬੂਤਰ ਛੱਡਿਆ ਜੀ ਇਹ ਭਾਈ ਸਲੀਮ ਹੁਣੀ ਵੀ ਇੱਥੇ ਸੀਗੀ ਇਹਨਾਂ ਦੀ ਬਹੁਤ ਪਾਰਟੀ ਬਾਜੀ ਸੀਗੀ ਇੱਥੇ ਇਸ ਸੌ ਦੇ ਵਿੱਚ ਜੀ ਪਾਰਟੀ ਵਿੱਚ ਨਾ ਕਬੂਤਰਬਾਜ਼ੀ ਹੁੰਦੀ ਸੀਗੀ ਜੀ ਅਤੇ ਮੈਂ ਲੈ ਗਿਆ ਉੱਥੇ ਕਬੂਤਰ ਜੀ ਅਤੇ ਮੈਂ ਜਾ ਕੇ ਛੱਡਤਾ ਉੱਥੇ ਜਦੋਂ ਛੱਡਤਾ ਅਤੇ ਤਕਰੀਬਨ ਨਾ 9-10 ਕਬੂਤਰ ਸਾਵੇਂ ਹੋ ਗਏ ਉੱਥੇ ਸ਼ਾਮ ਨੂੰ ਜੀ 45-46 ਕਬੂਤਰ ਉੱਡੇ ਸੀਗੇ 9-10 ਕਬੂਤਰ ਸਾਵੇਂ ਹੋ ਗਏ ਜੀ ਅਸੀਂ ਬਹਾ ਲਏ ਉੱਥੇ ਜੀ ਜਦੋਂ ਬਹਾ ਲਏ ਅਤੇ ਐਸ ਬੰਦੇ ਨੇ 42 ਦਾ ਮੁੰਡਾ ਖਾਦਮ ਜੀ ਇਹਨੇ ਛੱਡਿਆ ਹੋਵੇ ਉਹਨਾਂ ਦਾ ਕਬੂਤਰ ਹਾਂ ਇਹਨੇ ਉਹਨਾਂ ਦਾ ਛੱਡਿਆ ਹੋਵੇ ਕਬੂਤਰ ਉੱਥੇ ਅਤੇ ਕਬੂਤਰ ਰਹਿ ਗਏ ਜੀ 4 ਉੱਥੇ ਸਾਡੇ ਲਾਗੇ 48 ਚੱਕ ਸਾਡੇ ਬੇਲੀ ਬੁੰਦੇ ਬਹੁਤ ਜ਼ਿਆਦਾ ਅਸਾਈਆਂ ਦਾ ਮੁੰਡਾ ਉਹ ਅਤੇ ਸਾਡੇ ਉਹ ਬੇਲੀ ਹੈ ਅਤੇ ਉਹ ਮੇਰੇ ਕੋਲ ਆਣ ਕੇ ਬਹਿ ਗਿਆ ਇੱਦਾਂ ਮੈਨੂੰ ਪਤਾ ਮਰ ਥਾਂ 'ਤੇ ਕਹਿੰਦਾ ਕੀ ਹੋਇਆ ਸੀ ਅਸੀਂ ਕੱਲ੍ਹ ਵੀ ਲੱਕ ਟੁੱਟਾ ਅਤੇ ਟੁੱਟਦਾ ਅੱਜ ਵੀ ਜੋ ਮੈਂ ਕਹੂੰ ਕਿਸ ਤਰ੍ਹਾਂ ਅਤੇ ਡਾਕਟਰ ਅਕਰਮ ਸੀਗਾ ਮੁੰਡਾ ਆਹ 53 ਦਾ ਇਹ ਮੇਰਾ ਬੇਲੀ ਸੀਗਾ ਇਹ ਪੈਸੇ ਉੱਤੇ ਬਹੁਤ ਲਾ ਜਾਂਦਾ ਸੀ ਬਹੁਤੇ ਜ਼ਿਆਦਾ ਅਤੇ ਉਹ ਆਪਦਾ ਇਹਨੇ ਪੈਸੇ ਉਹਨਾਂ ਖਰਚਾ ਵਾਹਵਾ ਲਾ ਲਏ ਮੈਨੂੰ ਉਹਨੇ ਦੱਸਿਆ ਦੱਸਿਆ ਵੀ ਕੁਛ ਨਹੀਂ ਅਤੇ ਕੁਝ ਸਾਡੇ ਗਾਂਹ ਮੋੜ 'ਚ ਉੱਡੇ ਸੀਗੇ ਉਹ ਕੁਝ ਸਾਡੇ ਮੋੜ 'ਚ ਉੱਡੇ ਸੀਗੇ ਅਤੇ ਮੇਰੇ ਕੋਲ ਆ ਕੇ ਜਦੋਂ ਬਹਿ ਗਿਆ ਨਾ ਮੈਂ ਕਿਹਾ ਹੁਣ ਕਿੱਦਾਂ ਕਰਨੀ ਆ ਤੂੰ ਹੁਣ ਕਿਹਾ ਰਾਜੇ ਅਨੁਸਾਰ ਆ ਕਬੂਤਰਾ ਮੰਦਾ ਅਤੇ ਸਾਡੇ ਪੈਸੇ ਲੱਗੇ ਇਹਦੇ ਨਾਲ ਅਤੇ ਸਾਵੇਂ ਕਰ ਮੈਂ ਕਿਹਾ 42 ਵਾਲੇ ਦਾ ਕਬੂਤਰ ਫਿਰਦਾ ਵਿੱਚ ਕਬੂਤਰ 42 ਵਾਲਾ ਨਾ ਫਿਰਦਾ ਅਤੇ 42 ਵਾਲੇ ਦਾ ਕਬੂਤਰ ਬਹੁਤਾ ਹੀ ਮੰਦਾ ਸੀਗਾ ਹੁਣ ਕਿਹਾ 42 ਵਾਲੇ ਦਾ ਵੀ ਸਾਂਝਾ ਮੈਂ ਕਿਹਾ ਫਿਰ ਹੋ ਗਿਆ ਸਾਂਝਾ ਜ਼ਿਆਦਾ ਕੇ ਉਹਨੂੰ ਕਿਹਾ ਜਾ ਕੇ ਬਾਲਾ ਕਬੂਤਰਾ ਰਾਜੇ ਅਨੁਸਾਰ ਨੇ ਰਾਜੇ ਅਨੁਸਾਰ ਨੇ ਢੰਗ 'ਚ ਕਬੂਤਰ ਬਾ ਲਿਆ ਆਪਦਾ ਇਹਨਾਂ ਦਾ ਵੀ ਹੋ ਗਿਆ ਬਈ ਸਾਂਝਾ ਕਿਉਂ ਬੇਲੀ ਤੋਂ ਸੀਗਾ ਅਸੀਂ ਕਬੂਤਰ ਦਾ ਵੀ ਸਾਂਝਾ ਹੋਣਾ ਸੀਗਾ ਅਸੀਂ ਕਰ ਭਾ ਭੂ ਲੈ ਕਬੂਤਰ ਅਤੇ ਇਸ ਤਰ੍ਹਾਂ ਕਰਕੇ ਨਾ ਇੱਦਾਂ ਹੀ ਫਿਆ ਆਪਦਾ ਉਹ ਗਾਂ ਦੀ ਗਾਂ ਫਿਆ ਆਪਦਾ ਚਾਰ ਤੁਸੀਂ ਬਹੁਤ ਅੱਛਾ ਸ਼ਿਕਾਰ ਕੀਤਾ ਬੜੇ ਅੱਛੇ ਕਬੂਤਰ ਲਏ ਜਦੋਂ ਤੁਸੀਂ ਇੱਕ ਕਬੂਤਰ ਹਾਸਲ ਕਰ ਲਏ ਕਬੂਤਰ ਤੁਸੀਂ ਬਣਾ ਲਏ ਬਾਹਰ ਉਡਾਉਣ ਲੱਗ ਪਏ ਤੁਸੀਂ ਸ਼ਾਗਿਰਦ ਫਿਰ ਕਿੰਨੇ ਹੋਏ ਇਹ ਆਸ਼ਿਕ ਚੱਕ 50 ਚੱਕ ਦਾ ਮੁੰਡਾ 82 ਉਹਦਾ ਨਾਮ ਅੱਛਾ ਆਸ਼ਿਕ 82 50 ਚੱਕ ਦੇ ਰਹਿਣ ਵਾਲਾ ਉਹਦੇ ਮੈਂ ਸ਼ਾਗਿਰਦ ਹੋਇਆ ਉਹ ਤੁਹਾਨੂੰ ਕਿਵੇਂ ਦੱਸ ਪਈ ਫਲਾਣੇ ਜਗ੍ਹਾ 'ਤੇ ਉਸਤਾਦ ਸਾਡੇ ਜੀ ਲਾਗੇ ਦਾ ਉਹਦਾ ਮੈਂ ਅੱਗਾ ਪਿੱਛਾ ਨਹੀਂ ਫੋਲਿਆ ਜੀ ਮੇਰੀ ਪਹਿਲੇ ਤੋਂ ਦੁਆਸਰਾਮ ਸੀ ਉਹਦੇ ਨਾਲ ਪਹਿਲੇ ਤੋਂ ਜੀ ਜ਼ਿਆਦਾ ਉਮਰ ਸੀ ਉਹ ਜੀ ਅਤੇ ਜਦੋਂ ਸ਼ੁਰੂ ਕਰਦਾ ਨਾ ਮੈਂ ਪਹਿਲੇ ਜੀ
ਮੇਰੇ ਕੋਲ ਆਉਂਦਾ ਜਾਂਦਾ ਸੀ ਉਹ ਬਹੁਤ ਜ਼ਿਆਦਾ। ਇੱਕ ਮੇਰੇ ਤਾਜ ਦਾ ਪੁੱਤ ਸੀਗਾ, ਇੱਕ ਮੈਂ ਸੀ। ਸਾਡੇ ਨਾਂ ਦਾ ਵਾਹਵਾ ਪ੍ਰੇਮ ਸੀਗਾ ਅਤੇ ਕਬੂਤਰਬਾਜ਼ੀ ਚੰਗੀ ਕਰਦਾ ਸੀਗਾ, ਕਰਦਾ ਸੀ ਸਾਦੀ ਜਿਹੀ, ਸਾਦੀ ਜਿਵੇਂ ਕਰਦਾ ਸੀਗਾ ਆਮ ਹੈ ਨਾ ਜਿਹੜੀ ਵਾ ਉਹ ਨਹੀਂ ਸੀ ਕਬੂਤਰਬਾਜ਼ੀ ਹੁੰਦੀ। ਮੈਂ ਕਬੂਤਰ ਨਾ ਇੱਦਾਂ ਹੀ ਛੱਡਿਆ ਪਹਿਲਾਂ ਪਿੰਡ ਦੇ ਵਿੱਚ, ਸਾਡੀ ਮੁਖਾਲਫ ਬਾਜ਼ੀ ਸੀਗੀ ਕਿ ਉਹ ਜਾਨਵਰ ਚੰਗੇ ਸੀ ਸਾਡੇ ਕੋਲ। ਉਹ ਪਿੰਡ ਵਾਲਿਆਂ ਸਾਨੂੰ ਨਾ ਦੂਸਰੇ ਦਿਨ ਜਾ ਕੇ ਜਿੱਤ ਲੈਣਾ, ਪਹਿਲੇ ਦਿਨ ਤਾਂ ਅਸੀਂ ਹਟਣਾ ਉਹਨਾਂ ਕੋਲ, ਸਾਨੂੰ ਦੂਸਰੇ ਦਿਨ ਉਹਨਾਂ ਜਿੱਤ ਲੈਣਾ। ਉਹ ਇੱਦਾਂ ਕਰਦਿਆਂ ਕਰਦਿਆਂ ਮੈਂ ਇਹਨੂੰ ਕਿਹਾ ਯਾਰ ਮੈਂ ਕਬੂਤਰ ਡਾਉਣਾ ਅਤੇ ਆਵੀਂ ਮੇਰੇ ਕਬੂਤਰ ਨੂੰ ਦਿਨ ਮਾਰ ਜਾਣਾ ਅਤੇ ਆਵੀਂ ਮੇਰਾ ਕਬੂਤਰ ਛੱਡੀ। ਮੈਂ ਆਖਿਆ ਆਊਂਗਾ। ਉਹਨੇ ਮੇਰੇ ਤਾਏ ਦਾ ਪੁੱਤ ਸੀ ਨਾ, ਉਹ ਮੁਖਾਲਫ ਪਾਰਟੀ ਦਾ ਸੀ ਬੰਦਾ, ਉਹ ਉਹਨੇ ਉਹਨੂੰ ਰੋਕ ਦਿੱਤਾ, ਉਹਨਾਂ ਆਇਆ ਜੇ ਆਇਆ ਦੂਜੇ ਦਿਨ ਕਬੂਤਰ ਛੱਡਿਆ, ਦੂਜੇ ਦਿਨ ਆ ਗਿਆ। ਆਇਆ ਉਹ ਉੱਡਿਆਂ ਤੋਂ ਤਕਰੀਬਨ 2:30-3 ਵਜੇ ਮੇਰਾ ਕਬੂਤਰ ਤਾਰ 'ਤੇ ਬਹਿ ਕੇ ਹਾਰ ਗਿਆ ਜੀ। ਜਦੋਂ ਹਾਰ ਗਿਆ ਤਾਂ ਮੇਰੇ ਕੋਲ ਆਣ ਕੇ ਲਾ ਪਿਆ ਪੁੱਛ, ਹਾਂ ਕਿੱਦਾਂ ਡਾਇਆ? ਮੈਂ ਕਿਹਾ ਡਾਉਣਾ ਕਿੱਦਾਂ, ਆਇਆ ਸੀ ਮਾੜਾ ਜਿਹਾ, ਉਹਨੂੰ ਗਰਮ ਕਰਕੇ ਧਰ ਦਿੱਤਾ, ਉੱਤੋਂ ਬਦਾਮ ਦਿੱਤੇ ਜੇ ਕਬੂਤਰ ਖੜ੍ਹਾ ਕਰਤਾ, ਫਿਰ ਉਹਨੂੰ ਕਬੂਤਰ ਛੱਡਤਾ। ਉਦੋਂ ਬਦਾਮ ਦਿੰਦੇ ਹੁੰਦੇ ਸੀ? ਹਾਂ ਬਦਾਮ। ਇੰਨੀ ਗਰਮੀ 'ਚ ਬਦਾਮ ਕਬੂਤਰ ਮੂੰਹ ਨਹੀਂ ਸੀ ਪਾੜਦੇ? ਨਹੀਂ। ਅੱਛਾ ਠੀਕ ਆ। ਅੱਛਾ ਉਹ ਨਾ ਜੀ ਆਪਦਾ ਚੜ੍ਹਦੇ ਪੰਜਾਬ ਵਾਲੇ ਜਿਹੜੇ ਵੀਰ ਭਰਾ ਨੇ ਸਾਡੇ ਵੇਖਣ ਵਾਲੇ ਕਬੂਤਰਬਾਜ਼ੀ, ਉਹ ਵੀ ਆਉਂਦੇ ਨੇ ਜੀ ਅਸੀਂ ਪਹਿਲੇ ਦਿਨ ਕਬੂਤਰਾਂ ਨੂੰ ਬਦਾਮ ਦੇ ਕੇ ਛੱਡਦੇ ਹਾਂ। ਠੀਕ ਹੈ, ਅਤੇ ਤੁਸੀਂ ਵੀ ਇਹ ਗੱਲ ਆਈ ਸ਼ੇਅਰ ਕੀਤੀ ਬੜੀ ਨਹੀਂ, ਪਹਿਲੇ ਦਿਨ ਨਹੀਂ ਅਸੀਂ ਮੋੜ ਦੇ ਵਿੱਚ। ਅੱਛਾ ਮੋੜ 'ਚ, ਦੂਜੇ ਦਿਨ ਦੂਸਰ 'ਚ ਦਿੱਤੀ? ਹਾਂ ਦੂਸਰ ਵਿੱਚ। ਅੱਛਾ, ਅਤੇ ਉਹ ਨਾ ਜਨਾਬ ਆਪਦਾ ਆ ਗਿਆ ਅਤੇ ਮੈਨੂੰ ਕਹਿੰਦਾ ਕਿੱਦਾਂ? ਮੈਂ ਕਿਹਾ ਹਾਰ ਗਿਆ। ਅਤੇ ਨਾ ਮੈਂ ਕਿਹਾ ਕਿਹੜੀ ਗੱਲ ਆ ਯਾਰ, ਕਦੀ ਗਰਮੀ ਵੀ ਆਊਗੀ ਅਸੀਂ ਲੈ ਲਵਾਂਗੇ ਬਦਲੇ ਇਹਨਾਂ ਦੇ ਕੋਲੋਂ। ਮੈਂ ਕਿਹਾ ਕੋਈ ਨਹੀਂ ਇੱਡੀ ਗੱਲ ਆ। ਅਤੇ ਖੈਰ ਉਹ ਸ਼ਰਮਿੰਦਾ ਹੋਇਆ ਇਸ ਗੱਲ ਸੁਣ ਕੇ, ਉਹਨੇ ਕਿਹਾ ਜਾ ਬਾਜੀ ਪਾ ਕੇ ਉਹਨਾਂ ਦੇ ਨਾਲ। ਮੈਂ ਕਿਹਾ ਮੈਂ ਕਿਹੜਾ ਹਟ ਜਾਣਾ ਬਾਜੀਆਂ ਛੱਡ ਲਓ ਉਹਨਾਂ ਦੇ ਨਾਲ। ਆਖਰੀ ਬਾਜੀ ਪਾ ਕੇ ਜਾ ਕੇ ਉਹਨਾਂ ਬਾਜੀ ਕਰ ਲਈ। ਹੁਣ ਧੋਬੀਆਂ ਦਾ ਜਿਹੜਾ ਕਬੂਤਰ ਸੀਗਾ ਸ਼ਾਹਬਰਾਮ, ਮੰਨਿਆ ਦੰਨਿਆ ਸ਼ਾਹਬਰਾਮ, ਕਬੂਤਰ ਦਾ ਨਾਂ ਸ਼ਾਹਬਰਾਮ ਰੱਖਿਆ ਸੀਗਾ, ਮੰਨਿਆ ਦੰਨਿਆ ਜਾਨਵਰ ਸੀਗਾ ਉਹਨਾਂ ਦਾ। ਫਿਰ ਉਹਨਾਂ ਬਾਜੀ ਨੂੰ ਕਰਨੀ ਕਹਿ ਦੀ। ਅੱਛਾ ਜੀ। ਮੇਰੇ ਉਸਤਾਦ ਨੇ 5 ਦਿਨ ਡਾਇਆ ਉਹਦੇ ਨਾਲ ਕਬੂਤਰ। ਤੁਹਾਡੇ ਉਸਤਾਦ ਨੇ 5 ਦਿਨ ਡਾਇਆ? 5 ਦਿਨ ਫਿਰ ਉਹਦੇ ਨਾਲ ਕਬੂਤਰ ਡਾਇਆ। ਅੱਛਾ, ਮੋੜਾਂ ਦੇ ਵਿੱਚ? ਮੋੜਾਂ ਦੇ ਵਿੱਚ ਜਾ ਕੇ। ਅੱਛਾ ਜੀ। ਗਰਮੀ ਦੇ ਵਿੱਚ ਇਹ ਨਹੀਂ ਸਿਆਲਾਂ ਦੀ ਗਰਮੀ 'ਚ ਉੱਡੇ ਉਹ ਕਬੂਤਰ? ਅੱਛਾ ਜੀ। ਕਿੰਨੇ ਕੀ ਟੈਂਪਰੇਚਰ? ਟੈਂਪਰੇਚਰ ਤਕਰੀਬਨ 40-44 ਇੰਨੀ। ਅੱਛਾ ਜੀ। ਹਾਂ ਅੱਛਾ, 5ਵੇਂ ਦਿਨ ਜਾ ਕੇ ਹਾਰ ਜਿੱਤ ਹੁੰਦੀ ਆ। ਉਹਦਾ ਮੁੰਡਾ ਸੀ ਨਾ ਮੇਰੇ ਉਸਤਾਦ ਦਾ, ਉਹਨੇ ਫਿਰ ਮੈਨੂੰ ਇਹ ਗੱਲ ਸਮਝਾਈ। ਉਹਨੇ ਕਿਹਾ ਚਾਚਾ, ਮੈਂ ਕਿਹਾ ਹਾਂ, ਕਿਉਂਕਿ ਹੈਗਾ ਮੇਰਾ ਪਿਓ ਆ ਜ਼ਾਤ ਦਾ ਮਰਾਸੀ ਆ, ਇਹ ਕਾਬੂ ਨਹੀਂ ਆਉਂਦਾ ਛੇਤੀ। ਅੱਜ ਜਵਾਬ ਮੌਕਾ ਜੇ ਤੂੰ ਇੰਨਾ ਕਾਬੂ ਕਰ ਲਵੇ ਤਾਂ ਜੇ ਇਹਨੂੰ ਕੋਈ ਕੁਛ ਲੈਣਾ ਹੀ ਤਾਂ ਲੈ। ਹਾਂ ਲੈ ਲਾ, ਆ ਜਾ ਜੋ ਅੱਜ ਤੇਰਾ ਟਾਈਮ ਨਹੀਂ। ਮੈਂ ਕਿਹਾ ਅੱਛਾ, ਆ ਗਏ। ਹਾਂ ਬਾਜੀ ਮਠਿਆਈ ਲਿਆਦੀ ਲੈਣ, ਉਹਦੇ 150 ਬੰਦਾ ਇਕੱਠਾ ਕਰੀ ਉਹਦੇ ਅੱਗੇ ਰੱਖਦੀ ਲਿਆ। ਅੱਛਾ, ਉਸ ਦੌਰ 'ਚ ਤੁਸੀਂ ਸ਼ਾਗਿਰਦ ਹੋਏ, ਮਠਿਆਈ ਲਿਆਂਦੀ ਲਿਆ ਕੇ ਕੀ ਮਠਿਆਈ 'ਚ ਕੀ ਲਿਆਉਂਦਾ? ਮਠਿਆਈ ਆ ਜਿਹੜੀ ਨਾ ਆਮ ਚੱਲਦੀ ਆ ਪਿੰਡਾਂ ਥਾਵਾਂ 'ਚ, 4-5 ਕਿਲੋ ਮਠਿਆਈ ਲੈ ਆਉਂਦੀ। ਪਤਾਸੇ ਲਿਆਉਂਦੇ? ਲੱਡੂ। ਲੱਡੂ? ਹਾਂ ਜੀ। ਠੀਕ ਹੋ ਗਿਆ। ਉਹ ਲਿਆਉਣ ਕੇ ਅਸੀਂ ਉਹਦੇ ਅੱਗੇ ਰੱਖ ਦਿੱਤੀ ਆ ਅਤੇ ਮੇਰੇ ਮੂੰਹ ਵਾਲੀ ਬੈਠਾ ਵੇਖੀ ਜਾਵੇ। ਅੱਛਾ। ਅਤੇ ਮੈਨੂੰ ਕਹਿਣ ਲੱਗਾ ਆਖੇ ਆਪਦੇ ਪੁੱਤ ਨੂੰ, ਕਹਿੰਦਾ ਉਹ ਹਰਾਮ ਦਿਆ, ਕਹਿੰਦਾ ਤੇਰਾ ਕੰਮ ਆ ਸਾਰਾ ਹੀ ਅਖੇ। ਅੱਛਾ। ਉਹਨੇ ਕਿਹਾ ਤੂੰ ਕਿਹੜਾ ਕਾਬੂ ਉਹਨਾਂ ਕਿਤੇ ਹੈ ਸੀ ਪਿਓ ਪੁੱਤ। ਅੱਛਾ। ਮਜ਼ਾਕ ਉਹਨਾਂ ਦਾ ਇੱਦਾਂ ਜਿਵੇਂ 11 ਬੇਲੀਆਂ ਦਾ, 11 ਬੇਲੀਆਂ ਜਿਵੇਂ ਆਪਾਂ ਰਲ ਕੇ ਕਬੂਤਰ। ਹਾਂ 11 ਬੇਲੀਆਂ ਦਾ ਉਹਨਾਂ ਮਜ਼ਾਕ ਇੱਦਾਂ ਸੀਗੇ ਉਹਨਾਂ ਦੇ। ਖੈਰ ਉਹ ਮੰਨ ਗਿਆ। ਲੈ ਵੀ ਉਸੇ ਵੇਲੇ ਉਸ ਬੰਦੇ ਨੇ ਇਹ ਗੱਲ ਕਿ ਉਹਨੇ ਜਿਹੜਾ ਸ਼ੌਕ ਨਾ ਕਰਦਾ ਬੰਦਾ, ਉਹ ਬੰਦਾ ਲੈ ਜੋ ਕੁਛ ਮੇਰੇ ਕੋਲ ਹੈਗਾ ਨਾ ਰਫੀਕ, ਮੈਂ ਤੈਨੂੰ ਅੱਜ ਹੀ ਦੇ ਕੇ ਲਿਆਉਣਾ। ਜਿਹੜਾ ਬੰਦਾ ਸ਼ੌਕ ਨਹੀਂ ਕਰਦਾ ਉਹਦੇ ਕੋਲ ਆ ਕੇ ਲਿਖਾ ਲੈ। ਹਾਂ ਲਿਖਾ ਲੈ ਸਾਰਾ ਕੁਝ। ਜਿਹੜਾ ਸ਼ੌਕ ਕਰਦਾ ਉਹਨੂੰ ਮੈਂ ਲਿਖ ਕੇ ਨਹੀਂ ਦੇਣਾ, ਉਹਨੂੰ ਦੇਣਾ, ਹਾਂ ਲਿਖਣ ਦੇਣਾ। ਹਾਂ ਅੱਛਾ। ਮੈਂ ਫਿਰ ਬੰਦਾ ਉੱਥੋਂ ਆਵਾਜ਼ ਮਾਰ ਲਿਆ, ਉਹਨੇ ਆ ਕੇ ਆਪਦਾ ਲਿਖਤਾ। ਮੈਨੂੰ ਕਹਿਣ ਲੱਗਾ ਜਾ ਕੇ ਲੈ ਨਹੀਂ ਸੌਦਾ, ਇਹ ਵੀ ਤੈਨੂੰ ਬਣਾ ਦੂੰਗਾ ਇੱਕ ਵਾਰ। ਹਾਂ ਸਾਡਾ ਉੱਥੇ ਮੇਰੇ ਪਿੰਡ ਦੇ ਵਿੱਚ ਉਹਨਾਂ ਸ਼ਿਕਾਰੀਆਂ ਨੂੰ ਉਦਣ ਫਿਰ ਉਹਨੇ ਇਹ ਗੱਲ ਕਹੀ, ਉਹਨੇ ਕਿਹਾ ਗੱਲ ਸੁਣੋ, ਪਹਿਲੇ ਦਿਨ ਰਫੀਕ ਤੁਹਾਡੇ ਥੱਲੇ ਹਾਰ ਜਾਵੇ ਅਤੇ 100 ਵਾਰੀ ਹਾਰ ਜਾਵੇ ਜੀ, ਪਰ ਮੋੜਾਂ ਜਾਣ ਕੇ ਤੁਹਾਡੇ ਥੱਲੇ ਫਿਰ ਰਫੀਕ ਹਾਰਦਾ ਨਹੀਂ ਹੋਣਾ। ਅੱਛਾ। ਵੀ ਹੁਣ ਨਹੀਂ ਹਾਰਦਾ ਤੁਹਾਡੇ ਥੱਲੇ ਰਫੀਕ ਹਾਰਦਾ, ਤੁਹਾਡੇ ਉਸਤਾਦ ਦਾ ਮੋੜ ਹੀ ਇੰਨਾ ਚਾਹੀਦਾ। ਹਾਂ ਅੱਛਾ। ਅਤੇ ਬਾਕੀ ਆ ਫਿਰ ਅੱਲਾ ਦੇ ਕਾਨੂੰਨਬਾਜ਼ੀ ਹੋਈ ਅਸੀਂ, ਅਤੇ ਕੰਮ ਵੀ ਉਹੀ ਹੋਇਆ ਸਾਡਾ। ਅੱਛਾ। ਹਾਂ ਕੰਮ ਵੀ ਉਹ ਹੋਇਆ, ਨਹੀਂ ਹਰੇ ਮੋੜਾਂ ਦੇ ਵਿੱਚ। ਠੀਕ। ਹਾਂ ਤੁਸੀਂ ਸਭ ਤੋਂ ਜ਼ਿਆਦਾ ਮੋੜ ਕਿੱਥੇ ਉਡਾਏ ਨੇ ਅਤੇ ਕਿੰਨੇ ਦਿਨ, ਕਿੰਨੇ ਜ਼ਿਆਦਾ ਜਿਹੜੇ ਜ਼ਿਆਦਾ ਮੋੜ ਉੱਡੇ ਨੂੰ? ਐਸ 79 ਚੱਕ ਛੁੱਟਿਆ, 79-12। ਹਾਂਜੀ, ਇੱਥੇ 14 ਦਿਨ ਮੈਂ ਕਬੂਤਰ ਉਡਾਇਆ। 14 ਦਿਹਾੜੇ? ਹਾਂਜੀ। ਅੱਛਾ ਜੀ। ਤੂੰ ਮੋੜ ਮੋੜ ਕੇ ਛੱਡ? ਹਾਂਜੀ ਮੋੜ ਮੋੜ। ਕਿੰਨੇ ਕਬੂਤਰ ਪਹਿਲੇ ਦਿਨ ਉੱਡੇ ਸੀ? ਇੱਥੇ 11 ਬਾਜੀਆਂ ਸੀ। 11 ਬਾਜੀਆਂ? ਹਾਂਜੀ 11 ਬਾਜੀਆਂ ਸੀਗੀਆਂ। ਅੱਛਾ ਜੀ। 14 ਦਿਨ ਸਾਡੇ ਕਬੂਤਰ ਇੱਥੇ ਉੱਡੇ। ਅੱਛਾ ਜੀ, 14 ਦਿਨ ਇੱਥੇ ਉਡਾਏ। ਜਦੋਂ ਕਬੂਤਰ ਪਹਿਲੇ ਦਿਨ ਤੁਸੀਂ ਗਰਮ ਕਰਦੇ ਹੋ, ਉਹਦਾ ਗਰਮ ਕਰਨ ਦਾ
ਕੀ ਤਰੀਕੇ ਕਿਵੇਂ ਕਿਵੇਂ ਤੁਸੀਂ ਗਰਮ ਇਹਨੇ ਅਸੀਂ ਥੋੜ੍ਹਾ ਜਿਹਾ ਗਰਮ ਕਰਦੇ ਹਲਕਾ ਜਿਹਾ ਹਲਕਾ ਜਿਹਾ ਬਸ ਇੱਕ ਕਬੂਤਰ ਜ਼ਿਆਦਾ ਤਲਕ ਹੈ ਉਹਨੂੰ ਕਿਵੇਂ ਗਰਮ ਕਰਨਾ ਇੱਕ ਕਬੂਤਰ ਠਰਿਆ ਉਹਨੂੰ ਕਿਵੇਂ ਗਰਮ ਨਹੀਂ ਨਹੀਂ ਅਸੀਂ ਜਿਹੜਾ ਨਾ ਕਬੂਤਰ ਡਾਉਣਾ ਹਾਂਜੀ ਅਸੀਂ ਉਹਨੂੰ ਬਹੁਤਾ ਗਰਮ ਨਹੀਂ ਕਰਨਾ ਅੱਛਾ ਜੀ ਅਸੀਂ ਉਹਨੂੰ ਥੋੜ੍ਹਾ ਜਿਹਾ ਗਰਮ ਕਰਨਾ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਇਸ ਕਬੂਤਰ ਨੂੰ ਥੋੜ੍ਹਾ ਗਰਮ ਕਰਨਾ ਕਬੂਤਰ ਦੀ ਮਕਦਾਰ ਦੱਸ ਦਿੰਦੀ ਉਹਦਾ ਜਿਸਮ ਹਾਂ ਦੱਸ ਦਿੰਦਾ ਅੱਛਾ ਜੀ ਵੀ ਮੈਂ ਹੁਣ ਇਸ ਹਾਲ ਦੇ ਵਿੱਚ ਹਾਂ ਵੀ ਕਬੂਤਰ ਦੀ ਧੜਕਣ ਚੈੱਕ ਕਰਨੀ ਹਾਂਜੀ ਉਹ ਚੈੱਕ ਕਿਵੇਂ ਕਰੀਦੀ ਉਹ ਕੰਨ ਨਾਲ ਲਾ ਲੈਣੀ ਅੱਛਾ ਵੀ ਜੇ ਤਾਂ ਜ਼ਿਆਦਾ ਸਪੀਡ ਉਹਨੂੰ ਹੋ ਗਈ ਗਰਮੀ ਜ਼ਿਆਦਾ ਹੋ ਗਈ ਹੈ ਉਹਦੀ ਧੜਕਣ ਵੀ ਜ਼ਿਆਦਾ ਵੱਧ ਜਾਣੀ ਜੀ ਜੇ ਹੋਈ ਨਾਰਮਲ ਤਾਂ ਐਂ ਬੜਾ ਸਕੂਨ ਦੇ ਵਿੱਚ ਹੋਊਗਾ ਅੱਛਾ ਜੀ ਹਾਂਜੀ ਇੱਥੇ ਉਹਨੂੰ ਗਰਮ ਕਰਕੇ ਆਪਾਂ ਹਾਂ ਬਸ ਠੀਕ ਹੈ ਉਹ ਕਬੂਤਰ ਆਖਰੀਆਂ ਕਬੂਤਰਾਂ ਨਾਲ ਮੁਕਾਬਲਾ ਹਾਂਜੀ ਆਖਰੀ ਠੀਕ ਹੈ ਜੇ ਉਹ ਕਬੂਤਰ ਤੁਹਾਡਾ ਮੋੜ 'ਚ ਆ ਗਿਆ ਹਾਂਜੀ ਹਾਂਜੀ ਠੀਕ ਹੈ ਮੋੜ 'ਚ ਆ ਕੇ ਬਹਿੰਦਾ ਕਬੂਤਰ ਇੰਨਾ ਕੁ ਤੰਗ ਹੋ ਜਾਂਦਾ ਤੁਹਾਡੇ ਕੋਲ ਸਹੀ ਸਮਝਦਾ ਹੀ ਨਹੀਂ ਕਬੂਤਰ ਪੈਰਾਂ 'ਤੇ ਨਹੀਂ ਬਹਿੰਦਾ ਉਹਨੂੰ ਮੋੜ ਸੰਭਾਲ ਕੇ ਕਿਵੇਂ ਇਹ ਜੀ ਅਸੀਂ ਹੈ ਨਾ ਤਕਰੀਬਨ ਇੱਕ ਤਾਂ ਹੁੰਦਾ ਸਾਡਾ ਆਪਣਾ ਜਾਨਵਰ ਜੀ ਉਹਦਾ ਸਾਨੂੰ ਪਤਾ ਹੁੰਦਾ ਵੀ ਇਹ ਜਾਨਵਰ ਇਸ ਤਰ੍ਹਾਂ ਹਾਂਜੀ ਅਤੇ ਇਹ ਨਹੀਂ ਅਸੀਂ ਆਪਣੀ ਕਬੂਤਰਬਾਜ਼ੀ ਕੀਤੀ ਅਸੀਂ ਲੋਕਾਂ 'ਤੇ ਵੀ ਜਾ ਕੇ ਕੀਤੀ ਤੁਸੀਂ ਬਹੁਤ ਅੱਛਾ ਸ਼ੌਕ ਕੀਤਾ ਬੜੇ ਦੂਰ ਦੂਰ ਗਏ ਆ ਹਰ ਜਗ੍ਹਾ 'ਤੇ ਤੁਹਾਡਾ ਨਾਂ ਸੁਣਿਆ ਬੜੀ ਅੱਛੀ ਕਬੂਤਰਬਾਜ਼ੀ ਕੀਤੀ ਆ ਕੇ ਬਹਿੰਦਾ ਅੱਛਾ ਜਦੋਂ ਆਣ ਕੇ ਕਬੂਤਰ ਬਹਿੰਦਾ ਹਾਂਜੀ ਚਲਾ ਤਾ ਇਹ ਸਾਡੇ ਉਸਤਾਦ ਨੇ ਸਾਨੂੰ ਦੱਸਿਆ ਸੀਗਾ ਵੀ ਇਹ ਜਿਹੜਾ ਹੈ ਨਾ ਜੀ ਇਸ ਤਰ੍ਹਾਂ ਇਹਨੂੰ ਬਣਾ ਕੇ ਰੱਖ ਲੈਣਾ ਕਬੂਤਰ ਆ ਕੇ ਬੈਠਾ ਅੱਛਾ ਨਹੀਂ ਗੁੜ ਬਣਾ ਕੇ ਅਸੀਂ ਰੱਖ ਲੈਣਾ ਅੱਛਾ ਜਿਹੜਾ ਅਸੀਂ ਮੋੜ ਕੇ ਕਬੂਤਰ ਛੱਡਣਾ ਵਾ ਹਾਂਜੀ ਉਹਨੂੰ ਅਸੀਂ ਦੇਖਣਾ ਵੀ ਕਿਸ ਹਾਲਾਤ ਦੇ ਵਿੱਚ ਆ ਅੱਛਾ ਜੀ ਹੁਣ ਅੱਜ ਕੱਲ੍ਹ ਨਾ ਆਹ ਮੈਡੀਕਲ ਬਹੁਤੇ ਚੱਲੇ ਹੋਏ ਹਾਂਜੀ ਹਾਂਜੀ ਅੱਜ ਕੱਲ੍ਹ ਜਿਹੜੀ ਕਬੂਤਰਬਾਜ਼ੀ ਨਹੀਂ ਮੈਡੀਕਲ 'ਤੇ ਚੱਲਦੀ ਸਨ 2022 ਦੀ ਕਬੂਤਰਬਾਜ਼ੀ ਹਾਂਜੀ ਇਹ ਮੈਡੀਸਨ 'ਤੇ ਚੱਲਦੀ ਆ ਹਾਂਜੀ ਅਸੀਂ ਆ ਪੁਰਾਣੇ ਕਬੂਤਰਬਾਜ਼ ਹਾਂਜੀ ਸਾਡੀ ਸਮਝ ਬਾਹਰ ਹੋ ਜਾਂਦੀ ਗੱਲ ਤੁਹਾਡਾ ਦੇਸੀ ਸਾਰਾ ਹੱਥ ਸਾਡਾ ਹੱਥ ਦੇਸੀ ਅੱਛਾ ਜੀ ਅਤੇ ਆਹ ਜੀ ਗੋਲੀ ਗੱਪੀ ਸੀਗੇ ਨਾ ਜੀ ਇੱਥੋਂ ਦਾ ਸੀਗਾ ਬਲੀ 86 ਚੱਕਦੇ ਰਹਿਣ ਵਾਲਾ 86 ਦਾ ਬਾਬਾ ਬਲੀ ਝੀਲ ਬਾਬਾ ਬਲੀ ਮੇਰੀ ਬਰਾਦਰੀ ਦਾ ਬੰਦਾ ਅੱਛਾ ਜੀ ਉਹ ਵੀ ਝੀਲ ਸੀ ਝੀਲ ਹੀ ਹਾਂਜੀ ਬਾਬਾ ਬਲੀ 86-12 ਦਾ ਝੀਲ ਸੀ ਝੀਲ ਆ ਵੱਲੂ ਵੱਲੂ ਹੁਣ ਹਾਂਜੀ ਹਾਂਜੀ ਮੈਂ ਹੈ ਨਾ ਗੋਲੀ ਜਿਹੜੀ ਨਾ ਉਹਦੇ ਕੋਲ ਲਈ ਸੀ ਅੱਛਾ ਜਿਹੜਾ ਮੇਰਾ ਉਸਤਾਦ ਸੀ ਇਹ ਗੋਲੀ ਨਹੀਂ ਦਿੰਦਾ ਕਬੂਤਰ ਇਹ ਸਾਦੇ ਕਬੂਤਰ ਇਹ ਸਾਦਾ ਡਾਉਂਦਾ ਸੀ ਕਬੂਤਰ ਅੱਛਾ ਇਹਨੇ ਕੁਤ ਸਾਦਾ ਡਾਉਣਾ ਗੋਲੀ ਨਹੀਂ ਦੇਣੀ ਕਬੂਤਰਬਾਜ਼ੀ ਸਾਰੀ ਤੁਹਾਡੇ ਉਸਤਾਦ ਦੇ ਹੱਥ ਦੀ ਹਾਂ ਮੋੜ ਵੀ ਪਾਣੀ ਗਰਮ ਕਰਨ ਵਾਲਾ ਹਰ ਸ਼ੈ ਵੀ ਗੋਲੀ ਤੁਸੀਂ ਬਾਬੇ ਬਲੀ ਝੀਰ ਕੋਲ 86-12 ਇਹਨਾਂ ਇਹਨਾਂ ਕੋਲ ਉਹ ਜਿੰਦੇ ਨੇ ਕਿ ਜਿੰਦੇ ਨੇ ਨਹੀਂ ਨਹੀਂ ਹੁਣ ਫੌਤ ਹੋ ਗਏ ਹੁਣ ਫੌਤ ਹੋ ਗਏ ਅੱਛਾ ਗੋਲੀ ਅਸੀਂ ਲਈ ਇਹਨਾਂ ਦੇ ਕੋਲੋਂ ਅੱਛਾ ਮੈਂ ਉਸਤਾਦ ਦਾ ਕਬੂਤਰ ਲੈਣ ਦਾ ਮੈਂ 5 ਬਾਜ਼ੀਆਂ ਉਹ ਕਬੂਤਰ ਛੱਡ ਦਿੱਤਾ ਅੱਛਾ 5 ਬਾਜ਼ੀਆਂ ਮੈਂ ਛੱਡਿਆ ਕਿਹੜੇ ਹਾਰਾਂ ਦਾ ਕਬੂਤਰ ਸੀ ਕਾਲਾ ਚੀਨਾ ਕਬੂਤਰ ਸੀਗਾ ਅੱਛਾ ਜੀ ਕਾਲਾ ਚੀਨਾ ਕਬੂਤਰ ਜੋ ਉਹ ਕੋਲੂ ਵਾਲਿਆਂ ਕਬੂਤਰ ਸੀਗਾ ਕੋਲੂ ਵਾਲਿਆਂ ਹਾਂ ਕੋਲੂ ਵਾਲਿਆਂ ਇਸ ਟਾਈਮ ਕੋਲੂ ਵਾਲੇ ਆਏ ਨੇ ਆਪਣੇ ਕੋਲ ਨਹੀਂ ਹੁਣ ਵਿਹਲੇ ਅਸੀਂ ਅੱਛਾ ਮੈਂ ਕਬੂਤਰਬਾਜ਼ੀ ਛੱਡ ਗਿਆ ਸੀਗਾ ਅੱਛਾ 7-8 ਸਾਲ ਮੈਂ ਕਬੂਤਰਬਾਜ਼ੀ ਨਹੀਂ ਕੀਤੀ ਘਰੋਂ ਚਕਾ 'ਤੇ ਸੀਗਾ ਆਹ ਮੇਰਾ ਮੁੰਡਾ ਥੋੜ੍ਹਾ ਜਿਹਾ ਵਾਹਵਾ ਹੋ ਗਿਆ ਸੀਗਾ ਅਤੇ ਮੈਂ ਚਕਾ 'ਤੇ ਸੀਗੇ ਉਦੋਂ ਬਾਅਦ ਮੈਂ ਕਬੂਤਰ ਨਹੀਂ ਛੱਡ ਕੇ ਕੋਲੂ ਵਾਲਿਆਂ ਨੂੰ ਤਰਸਦੇ ਹਾਂਜੀ ਕੋਈ ਨਹੀਂ ਸਾਡੇ ਕੋਲ ਕੋਈ ਰਹਿ ਗਿਆ ਇਹ ਮੈਂ ਤੁਹਾਨੂੰ ਅਸੀਂ ਕਹੀਏ ਸਾਡੇ ਕੋਲ ਹੈਗਾ ਝੂਠ ਤੂਫਾਨ ਤਾਂ ਸਾਨੂੰ ਮਾਰਦਾ ਹੀ ਨਹੀਂ ਗਾ ਬਿਲਕੁਲ ਜੀ ਨਹੀਂ ਪੁਰਾਣੇ ਸ਼ਿਕਾਰੀ ਸੱਚੇ ਅਤੇ ਸੁੱਚੇ ਨੇ ਉਹਨਾਂ ਦੀ ਝੂਠ ਨਹੀਂ ਹਾਂਜੀ ਅਤੇ ਉਹ ਬਸ ਫਿਰ ਇੱਦਾਂ ਹੀ ਆਪਦਾ ਸੀ ਕਰਦੇ ਰਹੇ ਕਬੂਤਰ ਗੋਲੀ ਉਧਰੋਂ ਲੈ ਲਈ ਹਾਂਜੀ ਤੁਸੀਂ ਉਹ ਇਸਤੇਮਾਲ ਕਰਨ ਲੱਗ ਹਾਂਜੀ ਹਾਂਜੀ ਫਿਰ ਉਹ ਮੈਂ ਕਬੂਤਰ ਆਪਦੇ ਸਾਰ ਦਾ ਹੀ ਲਿਆਂਦਾ ਅੱਛਾ ਜੀ 5 ਬਾਜੀਆਂ ਮੈਂ ਘਰ ਛੱਡਿਆ 6ਵੀਂ ਬਾਜੀ ਹੈ 6 ਨਹੀਂ 9 ਵਾਲਾ ਜੀ ਇੱਥੇ ਆਣ ਕੇ ਕਬੂਤਰ ਛੱਡਤਾ ਅੱਛਾ ਉਸਤਾਦ ਵਾਲਾ ਅਤੇ ਹਾਂ ਉਹ ਹੀ ਸਾਦ ਵਾਲਾ ਹਾਂਜੀ ਕਾਲਾ ਚੀਨਾ ਹਾਂ ਕਾਲਾ ਚੀਨਾ ਤਾਂ ਛੱਡਿਆ ਬੜੇ ਵਾਜੇ ਨਾਲ ਕਬੂਤਰ ਸੀ ਆਣ ਕੇ ਇੱਥੇ ਬੜੀ ਅੜੀ ਸੀ ਉੱਥੇ ਬੜੀ ਅੜੀ ਨਾਲ ਅੱਛਾ ਵੀ ਜੇ ਤਾਂ ਰਹਿ ਗਿਆ ਕਬੂਤਰ ਅਤੇ ਇਹਨੂੰ ਜਿਸਦਾ ਕੋਈ ਨਹੀਂ ਗਾ ਜੀ ਅਤੇ ਜੇ ਪਹਿਲੇ ਸਿਰ ਲੈ ਗਿਆ ਤਾਂ ਲੈ ਜਾਵੇ ਜੀ ਖੈਰ ਉਹ ਕਬੂਤਰ ਤੁਰਿਆ ਸਾਡਾ ਤੁਰ ਕੇ ਮੁੜਿਆ ਆ ਜਦੋਂ ਮੁੜਿਆ ਆ 20-22 ਕਬੂਤਰ ਉੱਡੇ ਅਸੀਂ ਸਾਰਿਆਂ ਨੂੰ ਆਵਾਜ਼ ਦੇ ਦਿੱਤੀ ਜਿਹਦਾ ਦਿਲ ਕਰਦਾ ਪੈਸੇ ਲਾ ਦਿਓ ਸਾਡੇ ਨਾਲ ਵੀ ਜਿਹਦਾ ਦਿਲ ਕਰਦਾ ਪੈਸੇ ਲਾ ਦਿਓ ਅੱਛਾ ਅਤੇ ਖੈਰ ਬੰਦੇ ਸੀ ਵਾਹਵਾ 9-10 ਰਲ ਗਏ ਇੱਥੇ ਕਰ ਹਰ ਬੰਦੇ ਨੇ ਆਪਦੇ ਆਪਦੇ ਪੈਸੇ ਲਾਏ ਲਾਏ ਵੀ ਇੱਕ ਦੂਜੇ ਤੋਂ ਚੋਰੀ ਕਰਕੇ ਵੀ ਚਲੋ ਬਣ ਜੇ ਬਣਾ ਲਈਏ ਅੱਜ ਤਕਰੀਬਨ 3-3:30 ਵਜੇ ਜੀ ਉਹ ਤੁਹਾਡਾ ਕਬੂਤਰ ਵੱਧ ਗਿਆ ਇੱਥੇ ਹਾਂ ਜਿੱਤ ਗਿਆ ਅਤੇ ਕਬੂਤਰ ਸਾਡੇ ਦੀ ਪਰਵਾਜ 6:45 ਦੀ ਘਰ ਦੀ ਸੀਗੀ ਸਾਨੂੰ ਪਤਾ ਸੀ ਵੀ ਇਹਨੇ ਨੇਰਾ ਕਰਕੇ ਬਹਿਣਾ ਬਾਕੀ ਸਾਡਾ ਕਬੂਤਰ ਏਡਾ ਸਿਆਣਾ ਸੀਗਾ ਜਿੰਨਾ ਮਰਜ਼ੀ ਨੇਰਾ ਕਰ ਗਿਆ ਜਦੋਂ ਢਾਂਗੀ ਕੱਢ ਗਿਆ ਬਾਹਰ ਉਹਨੂੰ ਖੜਕਾਈ ਹੈ ਨਾ ਮਾੜੀ ਜੀ ਕਬੂਤਰ ਉਦੋਂ ਹੀ ਆਣ ਕੇ ਬਹਿ ਗਿਆ ਇੱਦਾਂ ਅਸੀਂ ਢਾਂਗੀ ਦਾ ਪੱਕਾ ਅੱਲਾ ਕਰੇ ਜਿੱਤ ਗਏ ਇੱਥੋਂ ਵੀ ਅਸੀਂ ਅੱਛਾ ਤੁਹਾਡੇ ਉਸਤਾਦ ਬਗੈਰ ਗੋਲੀ ਤੋਂ ਕਬੂਤਰ ਡਾਂਦੇ ਸੀ ਫਿਰ ਉਹ ਕਬੂਤਰ ਦੂਜੀਆਂ ਗੋਲੀਆਂ ਵਾਲਿਆਂ ਕਬੂਤਰਾਂ ਨੂੰ ਕਿਵੇਂ ਫੜਦੇ ਸੀ ਉਹ ਪਾਣੀ ਕੋਈ ਇਵੇਂ ਦਾ ਲਾਉਂਦੇ ਸੋ ਜਾਂ ਪਾਣੀ 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 ਲਾਉਂਦੇ ਸੀ ਅੱਛਾ ਜੀ ਹਾਂ ਪਾਣੀ ਲਾਉਂਦੇ ਸੀ ਪਾਣੀ ਜ਼ਰੂਰ ਲਾਉਂਦੇ ਸੀਗੇ ਉਹ ਪਾਣੀ ਦਾ ਸੀਗਾ ਉਹਨਾਂ ਦਾ ਇਹ ਚੈਲੇਂਜ ਸਾਨੂੰ ਜਿੱਦਣ ਸਾਨੂੰ ਉਹਨੇ ਦੱਸਿਆ ਸੀ ਨਾ ਸਾਨੂੰ ਉਹਨੇ ਵੀ ਇਹ ਗੱਲ ਕਿ ਜੇ ਤਾਂ ਕਬੂਤਰ ਡਾਉਣਾ ਘਰ ਜੀ
ਰਾਤ ਨੂੰ ਪਾਣੀ ਪਤਲਾ ਕਰਕੇ ਲਾ ਦੇਣਾ। ਅੱਛਾ ਜੀ, ਰਾਤ ਨੂੰ ਲਾ ਦੇਣਾ, ਰਾਤ ਨੂੰ ਲਾ ਦੇ, ਬਾਜ਼ੀ ਵਾਲੇ ਦਿਹਾੜੇ ਛੱਡਣਾ ਤੇ ਰਾਤ ਨੂੰ ਲਾਣਾ, ਰਾਤ ਨੂੰ ਲਾ ਦੇਣਾ। ਅੱਛਾ ਜੀ, ਤੇ ਜੇ ਛੱਡਣਾ ਨਾ ਬਾਹਰ ਕਬੂਤਰ, ਅੱਛਾ ਜੀ, ਜੇ ਉੱਥੋਂ ਪਾਣੀ ਉਹਨੂੰ ਲਾਤਾ ਵਾ ਜੀ, ਸੁਬਹ ਨੂੰ ਕਬੂਤਰ ਡਰਾਉਣਾ ਵਾ, ਉਹਨੂੰ ਬਾਹਰ ਨਾ ਜਾ ਕੇ ਛੱਡ। ਮੈਂ ਉਹਨੂੰ ਪੁੱਛਿਆ ਕੀ ਗੱਲ ਉਸਤਾਦ, ਉਹਨੂੰ ਕਿਹਾ ਕਬੂਤਰ ਖੜਾਉਣਾ, ਤੇਰੇ ਟੁੱਟ ਜਾਣਾ ਕਬੂਤਰ, ਇਹ ਟੁੱਟ ਜਾਣਾ ਕਬੂਤਰ। ਉਹ ਕੀ ਚੱਕਰ ਸੀ? ਉਹ ਪਾਣੀ ਦੀ ਮੁਕਤਾਰ ਆ ਜੀ ਕੁਛ। ਅੱਛਾ ਜੀ, ਹਾਂ, ਜੇ ਤੂੰ ਬਾਹਰ ਜਾ ਕੇ ਛੱਡਣਾ ਕਬੂਤਰ, ਯਾਨੀ ਕਿ ਉਹਨੂੰ ਅੱਜ ਪਾਣੀ ਲਾਇਆ, ਅੱਜ ਉਹਨੂੰ ਡਾਹ ਨਾ, ਉਸ ਤੋਂ ਅਗਲੇ ਦਿਨ ਜਾ ਕੇ ਬਾਹਰ ਜਾ ਕੇ ਛੱਡ ਦੇ ਕਬੂਤਰ, ਉਸੇ ਤਰ੍ਹਾਂ ਚੱਕ ਲਾ ਕਬੂਤਰ, ਚੱਕ ਜਾ ਅਗਲੇ ਦਿਨ ਛੱਡ ਦੇ ਬਾਹਰ ਜਾ ਕਬੂਤਰ, ਨਹੀਂ ਹਿੱਲੂਗਾ ਕਬੂਤਰ ਤੇ ਰੱਜ ਉੱਡੂਗਾ ਕਬੂਤਰ। ਹਾਂ ਜੀ, ਠੀਕ ਆ, ਉਹ ਪਾਣੀ ਕਢਾਉਂਦੇ ਸੀ ਕਬੂਤਰ। ਤੇ ਜੇ ਬੰਦੀ ਵਾਲੇ ਦਿਹਾੜੇ ਜਾਂ ਅੱਗੇ ਪਿੱਛੇ ਜਾਂ ਬਾਹਰ ਛੱਡਣਾ ਹੋਵੇ, ਫਿਰ ਉਹਨੂੰ ਇੱਕ ਦਿਨ ਪਾਣੀ ਹੈ ਜਦੋਂ ਲਾਤਾ ਵਾ, ਉਹਨੂੰ ਦਿਹਾੜੀ ਘਰ ਰੱਖ ਲਓ, ਉਦਾਂ ਹੀ ਪਿਆਰ ਹੋਵੇ। ਹੁਣ ਪਾਣੀ ਬਾਅਦ ਚ ਲਾਉਣਾ, ਉਹ ਪਾਣੀ ਲੱਗਾ ਉਹਨੂੰ ਰੱਖ ਲਿਓ, ਬਸ ਅਗਲੇ ਦਿਨ ਜਾ ਕੇ ਛੱਡ ਦਿਓ, ਐਂ ਸਕੂਨ ਨਾਲ ਖੁਦ ਰੂਟੇ। ਅੱਜ ਉਹਦੀ ਬੰਦੀ, ਅੱਜ ਉਹਨੂੰ ਪਾਣੀ ਲਾ ਦੇਣਾ, ਹਾਂ ਲਾ ਦੇਣਾ, ਠੀਕ ਹੈ। ਸਵੇਰ ਦੀ ਦਿਹਾੜੀ ਛੱਡ ਕੇ ਪਰਸੋਂ ਜਿੱਥੇ ਛੱਡ ਦਿਓ, ਭੱਜਦਾ ਵੀ ਨਹੀਂ, ਭੱਜਦਾ ਉੱਥੇ ਹਾਰਜੀਤ ਕਰਾਏ, ਉੱਥੇ ਹਾਰਜੀਤ ਕਰੋ, ਕਬੂਤਰਾਂ ਨੂੰ ਗੋਲੀ ਲੱਗੀ ਹੁੰਦੀ ਉਹਨਾਂ ਦਾ ਮੁਕਾਬਲਾ ਕਰੇਗਾ, ਹਾਂ ਕਰੂਗਾ, ਠੀਕ ਹੈ, ਬੜਾ ਅੱਛਾ, ਹਾਂ ਬਿਲਕੁਲ ਕਰੂਗਾ, ਠੀਕ ਹੋ ਗਿਆ। ਉਹ ਪਾਣੀ ਵੀ ਇਸ ਤਰ੍ਹਾਂ ਦੇਣਾ ਵੀ ਜਿਵੇਂ ਜਿਵੇਂ ਗਰਮੀ ਲੱਗੀ ਹੈ ਨਾ, ਉਹੋ ਹੀ ਕੰਮ, ਕਬੂਤਰ ਨੇ ਥੱਲੇ ਹੋ ਗਏ ਸੂਰਜ ਦੇ ਘੁਕਣਾ ਜੀ, ਪਾਣੀ ਵੀ ਇਸ ਤਰ੍ਹਾਂ ਦਾ ਹੀ ਹੈ। ਅੱਛਾ, ਹਾਂਜੀ, ਅਤੇ ਤੁਹਾਡੇ ਜਿੰਨੀ ਦੇਰ ਤੁਸੀਂ ਕਬੂਤਰਬਾਜ਼ੀ ਕੀਤੀ, ਤੁਹਾਡਾ ਕੋਈ ਕਬੂਤਰ ਪਾਣੀ 'ਤੇ ਗਿਆ ਹੋਵੇ ਤਾਂ ਉਹਨੂੰ ਤੁਸੀਂ ਕਿਸ ਤਰੀਕੇ ਰੋਕਿਆ? ਅਸੀਂ ਜਿਹੜਾ ਛੱਡਿਆ ਨਾ ਕਬੂਤਰ, ਸਾਡਾ ਕਬੂਤਰ ਪਾਣੀ 'ਤੇ ਨਹੀਂ ਗਿਆ। ਅੱਛਾ ਜੀ, ਪਾਣੀ 'ਚ ਨਹੀਂ ਗਾ ਗਿਆ। ਅੱਛਾ ਜੀ, ਹੁਣ ਉਹ ਮੁਸ਼ਤਾਕ ਦੀ ਕਬੂਤਰੀ ਉਦੋਂ ਉੱਡੀ ਸੀ ਪਿੰਡ, ਹਾਂਜੀ, ਪਹਿਲੇ ਦਿਨ ਕਬੂਤਰੀ ਉੱਡੀ ਹੁੰਦੀ, ਮੇਰੇ ਤਾਏ ਦਾ ਪੋਤਾ ਜੀ, ਖੈਰ ਉਹਨੇ ਟਾਈਮ ਕਰ ਲਿਆ ਜੀ, ਜਿਹੜੀ ਸਾਡੀ 46-12 ਸੀ ਨਾ ਜੀ, ਇਹ ਕਬੂਤਰਬਾਜ਼ੀ 'ਚ ਮੰਨੀ ਦੰਨੀ ਸੀਗੀ, ਕਬੂਤਰਬਾਜ਼ੀ ਵਿੱਚ ਆਉਣ ਲਾਗੇ ਤਾਗੇ ਸਾਡੇ ਪਿੰਡ ਨਾ ਡਰਦੇ ਸੀਗੇ, ਸਾਡੇ ਪਿੰਡ ਤੋਂ ਵੀ ਉੱਥੇ ਨਾਲ ਜਾਇਆ ਜੋ ਉੱਥੇ ਦੇਣਾ ਉਹਨਾਂ ਨੇ ਕੁਛ ਨਹੀਂ ਗਾ, ਵੀ ਇੰਨੀ ਕਬੂਤਰਬਾਜ਼ੀ ਉਹਨਾਂ ਦੀ 46 'ਚ, ਹਾਂ 46 'ਚ। ਅੱਛਾ, ਉਹ ਜਨਾਬ ਨਾ ਕਬੂਤਰ ਟਾਈਮ ਕਰ ਗਿਆ ਜੀ, ਪਾਲਟੀ ਵਿੱਚ ਨਾ ਕਬੂਤਰਬਾਜ਼ੀ ਹੁੰਦੀ ਸੀ, ਅਤੇ ਕਬੂਤਰੀ ਉਹਦੀ ਲਾਫੀ ਪਾਣੀ 'ਚ ਜਾਣ, ਕਬੂਤਰੀ ਪਾਣੀ 'ਚ ਲਾਫੀ ਜਾਣ ਉਹਦੀ, ਉਹ ਜਦੋਂ ਟਾਈਮ ਕਰ ਗਈ ਭਾਲੀ ਉਹ ਕਬੂਤਰੀ, ਤਾਂ ਮੈਨੂੰ ਕਹਿਣ ਲੱਗਾ ਕਬੂਤਰੀ ਸਾਂਭ, ਮੈਂ ਕਿਹਾ ਠੀਕ ਹੋ ਗਿਆ, ਮੈਂ ਕਬੂਤਰੀ ਸਾਂਭ ਲਈ ਆਉਂਦੀ, ਜਦੋਂ ਸਾਂਭ ਲਈ ਹੈ ਨਾ ਸੁਬਹ ਨੂੰ ਛੱਡਣ ਦੇ ਟਾਈਮ, ਮੈਂ ਉਹਨੂੰ ਕਿਹਾ ਬਦਾਮ ਹੈ ਨਾ ਟੁੱਕ ਜੀ, ਬਦਾਮ ਟੁੱਕ, ਹਾਂਜੀ, ਮੈਂ ਬਦਾਮ ਉਹਨੂੰ 20 ਬਦਾਮ ਕੱਢ ਕੇ ਉਹਨਾਂ ਨੂੰ ਫੜਾ ਤੇ, ਮੈਂ ਕਿਹਾ ਟੁੱਕ ਦੇ। ਅੱਛਾ ਜੀ, ਮੈਨੂੰ ਕਹਿਣ ਲੱਗਾ ਇਹ ਕੀ, ਮੈਂ ਕਿਹਾ ਦੇਣੇ ਇਹਨੂੰ ਜੀ, ਹੁਣ ਫਿਰ ਗੱਲ ਸਾਰੀ ਜਿਹੀ ਇੱਥੇ ਪਾਣੀ 'ਚ ਜਾਂਦੀ ਰਹੀ ਇਹ ਜੀ, ਅਤੇ ਅੱਜ ਤੂੰ 20 ਬਦਾਮ ਦੇਖ ਲੈ ਪੈਸੇ, ਦੂਸਰ 'ਚ, ਹਾਂ, ਮੈਂ ਕਿਹਾ ਇਹਨੇ ਅੱਜ ਨਹੀਂ ਜਾਣਾ ਪਾਣੀ 'ਚ, ਅੱਛਾ ਜੀ, ਦੇ ਦੇ ਬਦਾਮ ਇਹਨੂੰ, ਨਹੀਂ ਆਖੇ ਇਹਨੇ ਨਹੀਂ ਦੇਣੀ ਹੈਗੇ, ਉਹ ਬੰਦਾ ਕੁਛ ਜਦੀਆ ਜਿਹਾ ਜੀ, ਹੈ ਤਾਂ ਮੇਰੇ ਤਾਏ ਦਾ ਪੁੱਤ ਹੈਗਾ ਜਦੀਆ ਜਿਹਾ, ਅੱਛਾ ਜੀ, ਉਹਨੇ ਜੀ ਬਦਾਮ ਦਿੱਤੇ ਉਹਨੂੰ 10, 10 ਬਦਾਮ ਦੇ ਉੱਤੇ ਉਹ ਤੂੰ ਲਾ ਲਾ ਤਾ, ਮੈਂ ਕਿਹਾ ਉਹ ਗੱਲ ਸੁਣ ਲਈ, ਜੇ ਤੇ ਨਾ ਬਦਾਮ, ਜਿੱਦਾਂ ਕਬੂਤਰੀ ਉਹ ਕਬੂਤਰ ਜਿਹੜਾ ਅੱਗੋਂ ਤਿੰਨ ਚਾਰ ਦੀ ਹਾਰ ਜਿੱਤ ਕਰਾਵੇ ਜੀ, ਆਪਣੀ ਕਬੂਤਰੀ ਉਹਨੂੰ ਵਧੂਗੀ, ਹਾਂਜੀ, ਜੇ ਪੈ ਗਈ ਲਾਮ 'ਚ ਆਪਣੀ ਘਟਣੀ 'ਚ, ਅੱਛਾ, ਜੇ ਆਪਣੀ ਕਬੂਤਰੀ ਘੱਟ ਜਾਣੀ ਆ ਜੀ, ਹੁਣ ਫਿਰ ਜਾਓ ਪਰੇ 10 ਬਦਾਮ ਆ ਗਏ, ਇਹ ਮੁੱਕਣ ਲੱਗਿਆ, ਮੈਂ ਕਿਹਾ ਮੁੱਕ ਜਾਣੀ ਉਹਦੇ ਕੋਲ, ਇੱਕ ਮੁੱਕ ਜਾਣੇ, ਮੈਂ ਕਿਹਾ ਉਹੀ ਗੱਲ, ਜਦੋਂ ਤਕਰੀਬਨ 3 ਦਾ ਟਾਈਮ ਹੋਇਆ ਨਾ, ਕਬੂਤਰੀ ਉੱਥੇ ਤਾਂ ਉਹਨੂੰ ਗਿੱਧੇ ਮਾਰੇ ਉਹਨੇ ਕਬੂਤਰੀ ਨੇ, ਅਤੇ ਬੜਾ ਚੌੜਾ ਹੋ ਕੇ ਬੈਠਾ, ਨਜ਼ਾਰੇ ਕਹਿੰਦਾ ਡੇਗੂ ਵੱਜ ਗਏ, ਮੈਂ ਕਿਹਾ ਹੁਣ ਭੁੱਖੀ ਹੋ ਗਈ ਹੈ, ਹੁਣ ਆਪਦੀ ਸਿਰ ਦੇ ਸਿਰ 'ਤੇ ਜਿੰਨਾ ਝੱਟ ਕੱਢ ਲਵੇ, ਵੀ ਆਪਦੀ ਚੰਗੀ ਆਈ ਤਾਂ ਸਿਰ 'ਤੇ ਇੰਨੇ ਝੱਟ ਕੱਢਣਾ, ਹੁਣ ਵਿਹਲੀ ਆ, ਮੈਂ ਕਿਹਾ ਉਹੀ ਗੱਲ ਜਨਾਬ, 4:15 ਵਜੇ ਆਰਾਮ ਨਾਲ ਆਈ ਹੋਜੇ ਕੋਠੇ 'ਤੇ ਬਹਿ ਗਈ, ਜਾ ਕੇ ਲੈਣ ਦੀ ਚਾਬੀ, ਉੱਥੇ ਮੰਨੇ ਨਾ ਇਸ ਗੱਲ ਨੂੰ, ਜੇ ਕੁਦਰਤ ਭੁੱਖੀ ਨਹੀਂ ਗਈ, ਮੈਂ ਕਿਹਾ ਭੁੱਖੀ ਨਹੀਂ, ਜੋ ਚੱਕ ਕੇ ਲਿਆਂਦੀ ਉਹ ਗੱਲ ਕੁਦਰਤ ਭੁੱਖੀ, ਮੈਂ ਕਿਹਾ ਤੈਨੂੰ ਦੱਸਿਆ ਸੀ ਇਹਨੂੰ 20 ਬਦਾਮ ਦੇ ਸ਼ਾਮੀ ਭੜਕਾ ਕੇ ਪਾਉਂਦੇ, ਕੁੜੀ ਆ ਵੀ ਇਹਨੂੰ, ਮੈਂ ਕਿਹਾ ਸ਼ਾਮੀ ਭੜਕਾ ਕੇ ਪਾਉਂਦੇ, ਯਾਰ ਮੈਂ ਤਾਂ ਫਿਰ ਡਰਦਾ ਇਹਨੂੰ ਪਾਣੀ 'ਚ ਜਾਣਾ, ਕੱਲ੍ਹ ਸਾਡੀ ਜਿਹੜੀ ਪਾਣੀ 'ਚ ਬੜੀ ਰਹੀ ਇਹ, ਮੈਂ ਕਿਹਾ ਆਦੇ ਨਹੀਂ ਸੀ ਜਾਣੀ ਪਾਣੀ 'ਚ, ਹਾਂ, ਉਹ ਤੁਸੀਂ ਕਿਸ ਤਰੀਕੇ ਪਾਣੀ 'ਤੇ ਰੋਕ ਦਿੱਤੇ? ਇੱਕ ਕਬੂਤਰ ਰਾਤ ਨੂੰ ਬਣਾਈ ਦਾ ਇਸ ਤਰ੍ਹਾਂ ਕਰ, ਅੱਛਾ ਜੀ, ਹਾਂਜੀ, ਥੋੜ੍ਹਾ ਠਾਰ ਕੇ ਜਾਂ ਗਰਮ ਕਰਕੇ? ਨਹੀਂ ਨਹੀਂ ਕਰਨਾ ਗਰਮ ਹੁਣ, ਅੱਛਾ ਜੀ, ਬਾਕੀ ਨਾਲੇ ਪੁੱਤ ਇਹ ਗੱਲ ਆ, ਕਬੂਤਰ ਜਿਹੜਾ ਠਰਿਆ ਹੋਇਆ ਨਾ ਜੀ, ਇਹ ਪਾਣੀ 'ਚ ਜਾਣ ਲੱਗ ਪਿਆ ਹੈ ਨਾ, ਹਾਂਜੀ, ਇਹਨੇ ਨਹੀਂ ਮੁੜਨਾ, ਅੱਛਾ, ਇਹਨੇ ਮੁੜਨਾ ਨਹੀਂ ਪਾਣੀ ਤੋਂ, ਅੱਛਾ, ਗਰਮ ਕੀਤਾ ਹੋਇਆ ਕਬੂਤਰ ਪਾਣੀ 'ਚ ਜਾਵੇ ਨਾ, ਉਹਦੇ ਬਚਣ ਦੇ ਬੜੇ ਚਾਂਸ ਹੁੰਦੇ ਆ, ਅੱਛਾ, ਬਹੁਤ ਜ਼ਿਆਦਾ ਚਾਂਸ ਹੁੰਦੇ। ਤੂੰ ਠਰੇ ਕਬੂਤਰ ਨੂੰ ਰੋਕਣਾ ਕਿਵੇਂ ਫਿਰ, ਠਰੇ ਨੂੰ ਕਿਸ ਤਰ੍ਹਾਂ ਰੋਕਣਾ? ਉਹਨੂੰ ਗਰਮ ਕਰੋ, ਉਹਨੂੰ ਗਰਮ ਕਰੋ, ਉਹਨੂੰ ਗਰਮ ਕਰੋ, ਠੀਕ ਹੈ, ਹਾਂ, ਮੁੜ ਕੇ ਨਹੀਂ ਜਾਏਗਾ? ਨਹੀਂ ਨਹੀਂ ਜਾਂਦਾ ਪਾਣੀ, ਠੀਕ ਹੈ। ਐਸੇ ਬੂਨੇ ਦਾ ਕਬੂਤਰ, ਮੇਰੇ ਪਿੰਡ ਅਸੀਂ ਇਕੱਠੇ ਰਹਿੰਦੇ ਸੀਗੇ ਜੀ, ਇਹ ਬਾਰੀ ਨਹੀਂ ਛੱਡੇ ਕਬੂਤਰ, ਅੱਛਾ, ਹਰ ਬਾਰੀ ਕਬੂਤਰ ਪਾਣੀ 'ਚ ਜਾਵੇ, ਅੱਛਾ, ਹਰ ਬਾਰੀ ਪਾਣੀ 'ਚ ਜਾਵੇ ਕਬੂਤਰ,
मैं कबूतर लै आता। अच्छा, जो मैं लै आता ना तो मैं कहता की करना, मैं छलना भाजी तो, मैं भाजी छलना हूँ लगता, मैं चक के घर लिया रख लिया। एक करमला ही मेरे पिंड बंदा कमार आ, छैना बंदा कर, कबूतरबाजी भी चंगी आती। उन्हें आके देखा कि और फिर गाह मैं कबूतर आ बुने वाला, मैं क्या हाँ आखिर यही करना, मैं भाई छलना। उन्हें कहा जा भले को चंगा तो छड़ता, मैं इन की आखिर हर बारी तो पानी जाता है अगे, मैं यार जिदन छड़ता उदू पानी चक लेने, उदन इन्हें पानी चक चकना ही नहीं, पानी तो जाना ही नहीं, उदन नहीं जाता पानी से। ओह ही कबूतर असं उसे 53 जाके छड़िया। हाँ जी, 6:45 कबूतर बढ़िया तो बढ़िया लल करके जनाब, पानी वाले वेखे नहीं, फिर ओह ही कबूतर इतने आ चिणजा चकूक की थान से इन्होंने बाजिया सी शीदू खने रहने दियाँ इतने 68 जमाना से मेरे को आ गया तो पेटी उठिया अमर थान से गए। मैं कि होया कि कबूतर साढ़े को है ही कोई नहीं गा, तो दड़ा वा तो लैन कबूतर साढ़े इतने। मैं कहा ठीक हो गए, इन्होंने थान पर कबूतर का भी छड़ता जकूक की थान पर। इदो इन्हों का 25 वाला कबूतरे कुड़ता हों शीदू का तो मशहूर सी 53 वाला यकूब जरा। हाँ जी हाँ जी, ठीक है 25 वाला कबूतर उन्होंने बड़ा मशहूर। नहीं नहीं शीदू का सी 25 वाला कबूतर, शीदू का 25 वाला शीदू जो कबूतर जरूर। हाँ जी, हैदर ने कबूतर दिता सी वो, हैदर ने 50 वाले, हैदर 50 वाला। अच्छा जी, उन्हें लैन दिता सी। अच्छा, 25 वाला कबूतर वो बजता सी। अच्छा, बड़ा मशहूर सी कबूतर, जिन्ना चिर उड्डा ना उस कबूतर ने बाजी नहीं दित्ती। अच्छा जी, तो इतने भी छड़ दिता वो। अच्छा जी, वो चीज़ों 6 ना तो मैं क्या भी भाई हूँ ढंग ही लाखे पाने, उन्हें कहा नहीं नहीं भाई अदाना पाना कबूतर। अच्छा, कबूतर गल कर जी अकबर हो। हाँ जी, ये जी मेरे वाला रह गया एक, तो दो शीदू के रह गए। उन्हें कहा नहीं जी बखा ला सा कबूतर उड़े आ, ये भाई अदाना बहना कबूतर। मैं यार कोई नहीं गल अदाना बहुत ये कि पर है नहीं तीजो बा अदान मिले इस कबूतर ढंग ले कबूतर पा लिया। रात को असं ज्यादा सामभ सामभ सुन के सिरे लग छिया, अभी 9-10 बजे जित लिया, खर जित लिया बा लिया, फिर बाजी इन्हों की पै गई, फिर मैं लग के छड़ता, फिर मैं सीधा छड़ना उन्होंने नाल ही उन्हें सांझ कर सीधा छड़ता। फिर दिन मारिया कबूतर ने, अगले दिन फिर यही जित लिया, अगले दिन असं फिर जित लिया इन जित के बा लिया। तो इतने भी इतों की चक गल तुम सुना दी पिंड की। हाँ इतों की है मुंडा अपने को नाम है आफिस गुलाम मुर्तजा जी। हाँ जी, अच्छा जी, है मुंडा अपने को बैठा नवा जहा इधर आया से हाथ आ लिया इन्होंने इतने आ सामने आ खुला जहा हाथ इन्हें इतने बाजिया पा ली। अच्छा जी, ए चक दे जो इतने बाजिया पा लिया तो उस साल साढ़े इतने कबूतरबाजी इन्नी हुई है भी अखीर ही हो गई। अच्छा जी, हाँ जी, मंडियाल की बहुत कबूतर उड़े ने ते 50-50 हज़ार की एक घर दी कबूतर दी। अच्छा, 50-50 हज़ार से बाजी उड़ती सी 50-50 हज़ार। हाँ जी, एक घर दी बाजियां सी। अच्छा जी, इन्हां दी 5-5 सीगियां, 2-2 हज़ार की इस मुंडे ने पाली, तो बाजी उड़नी सारे कबूतर की इको दिन। अच्छा भी इको दिन ही उड़ जाने। अच्छा जी, ये निक्की जी कबूतरी, निक्की जी बेड़े की। अच्छा जी, 58 वाले पुल तो बेली आम रख वो ले आया इतने। उन्हें कहा यार इतने बाजिया मौलवी दी आ कबूतरी बेड़ा खोला इतने ला लो इन वे तो लिया उन्हें जवाका के कोलों फट के। अच्छा, जवाका को लैन दी जो अल्लाह सुने ली असी कबूतरी इतने बाले बेड़े च भी वह कबूतरी छड़ दी है ना असी बाजी से 2-3 बारी असी डाके बाली बाजी आई बाजी छड़ती है ना कबूतरी जब कबूतरी उड़न लग पी क्यों घर दिन बाजिया सी। कबूतरी बद गई वह 12 बजे वह बद गई 2:30 बजे उन्हें 6 बजे आके बहना। अच्छा, उन्हें 6 बजे आके बहना। अच्छा, 50-50 हज़ार से जी उड़नी है ना वह भी हार जित हो जानी वह भी हो जानी कूदी ने बाद चढ़ के बहना कबूतरी एंड से बहना कबूतरी शाखी कबूतरी माशाल्लाह शाखी दे है इन्नी सिर्फ इन्नी कबूतरी वह तो जवाकों के कोलों लिया असी तो अनवर बट्टू से डाउंदा अनवर बट्टू बूरे वाले का वो जटा ने डाउंदा सी कबूतर आ फीका खोखर से जमलेरे बंगले का सी ये ताहर राई डाउंदा सी ये बाजी के नाम उड़ा तो अनवर जरा बट्टू से ना
ਉਹ ਕਹਿਣ ਲੱਗਾ ਯਾਰ ਉਹ ਕਬੂਤਰੀ ਤਾਂ ਮੈਨੂੰ ਲਿਆਣ ਕੇ ਦਿਖਾਓ ਜਿਹੜੀ ਹਰ ਬਾਜ਼ੀ ਜਿੱਤਦੀ ਆ, ਜਿਹੜੀ ਹਰ ਬਾਜ਼ੀ ਜਿੱਤਦੀ ਤੇ ਪੂਰੇ ਪਿੰਡ 'ਚ ਮਗਰੋਂ ਆਣ ਕੇ ਬਹਿੰਦੀ ਕਬੂਤਰੀ, ਉਹ ਕਬੂਤਰੀ ਮੈਨੂੰ ਲਿਆ ਕੇ ਦਿਖਾਓ। ਅਮਾਨਾ ਮੁੰਡਾ ਉਹਦੇ ਘਰ ਲੱਗਿਆ ਚੱਲਿਆ ਤੇ ਮੰਨ ਗਿਆ ਉਹਨੂੰ। ਪੱਲੇ ਵੀ ਘਸੇ ਕਬੂਤਰੀ ਦੇ, ਪੱਲੇ ਵੀ ਘਸੇ ਕਬੂਤਰੀ ਦੇ। ਅਮਾਨਾ ਜਦੋਂ ਛੱਡ ਦੇਣੀ ਉਹਨੂੰ ਗੋਲੀ ਦੇ ਕੇ, ਉਹਨੇ ਕਹਿਣਾ ਜਾ ਦਿਲ ਭਾਵੇਂ ਜਿੰਨਾ ਮਰਜ਼ੀ ਲੰਮਾ ਹੋ ਜਾਵੇ ਅੱਜ ਮੈਂ ਦਿਲ ਮਾਰੂੰਗੀ। ਕਹਿੰਦੇ ਸਿਰਫ 2:30 ਵਜੇ ਇੱਥੇ ਗਿਆ, ਉਹਨੇ 6 ਵਜੇ ਆਣ ਕੇ ਪੈਣਾ। ਹੁਣ ਸਾਡੇ ਵੇਖਣ ਵਾਲਿਆਂ ਨੂੰ ਜਿਹੜਾ ਤੁਸੀਂ ਪਾਣੀ ਤੋਂ ਕਬੂਤਰ ਰੋਕਦੇ ਹੋ ਨੁਕਸਾ ਦੱਸੋ ਸਾਨੂੰ। ਅਸੀਂ ਜਿਹੜਾ ਪਾਣੀ 'ਚ ਰੋਕਦੇ ਨਾ ਕਬੂਤਰ, ਸਿਰਫ ਉਹ ਕਬੂਤਰ ਦੀ ਅਸੀਂ ਬੱਥਰ ਵੇਖਣੀ ਹੁੰਦੀ ਹੈ। ਅੱਛਾ ਜੀ। ਵੀ ਕਬੂਤਰ ਆਪਣੀ ਬੱਥਰ 'ਚ ਰਹੇ, ਨਾ ਹੋਵੇ ਉਹ ਠੰਡਾ ਜ਼ਿਆਦਾ, ਨਾ ਜ਼ਿਆਦਾ ਗਰਮੀ ਹੋਵੇ। ਅੱਛਾ ਜੀ। ਕਬੂਤਰ ਆਪਣੀ ਪੂਰੀ ਬੱਥਰ 'ਚ ਹੋਵੇ। ਅੱਛਾ ਜੀ। ਅੱਛਾ ਜੀ। ਬੱਤਰ 'ਚ ਹੋਇਆ ਨਾ ਜਾਨਵਰ, ਹਾਂਜੀ, ਅੱਲਾ ਖੈਰ ਕਰੇ ਪਾਣੀ 'ਚ ਨਹੀਂ ਜਾਂਦਾ। ਠੀਕ ਹੋਵੇ। ਅਸੀਂ ਇੱਥੇ ਆ 23 ਐਨਕਾਂ ਵਾਲੇ, ਹਾਂਜੀ, ਸਾਊਦੀਆ 2 ਮੁੰਡੇ ਸੀਗੇ, ਇੱਕ 23 ਦਾ ਸੀ, ਇੱਕ 6:30 ਸੀ, ਸ਼ਾਹਦ ਸੀਗਾ ਉੱਥੇ ਜਿਹਦਾ ਭਰਾ ਤਾਰੂ ਦਾ। ਇਹਨਾਂ ਉੱਥੇ ਬੈਠਿਆ ਮਖਾਲਾ ਪੈਸੇ ਲਾ ਲਿਆ, ਪੈਸੇ ਵੀ ਢੇਰ ਲਾਏ ਇਹਨਾਂ ਨੇ। ਅਤੇ ਮੇਰੇ ਕੋਲ ਇੱਕ ਬੱਚਾ ਜਿਹਾ ਹੋਵੇ, ਮੈਨੂੰ ਕਹਿਣ ਲੱਗਾ ਵੀ ਬਾਈ ਬੱਚਾ ਛੱਡਣਾ ਪਤਰੇ ਵਿੱਚ, ਨਾ ਚਲ ਛੱਡ ਦਿਆਂਗਾ। ਅੱਛਾ, ਉਹ ਬੱਚਾ ਅਸੀਂ ਤਿਆਰ ਕਰ ਲਿਆ। ਜਦੋਂ ਤਿਆਰ ਕਰ ਲਿਆ ਨਾ, ਰਾਤ ਨੂੰ ਅਸੀਂ ਨਾ ਪਾਣੀ ਮੈਂ ਭੇਜ ਛੱਡਿਆ ਸੁਬਹ ਉੱਠ ਕੇ, ਜਿਹੜਾ ਬਣਿਆ ਪਾਣੀ ਤੁਹਾਡੇ ਉਸਤਾਦ ਵਾਲਾ, ਹਾਂ ਉਹ ਮੈਂ ਭੇਜ ਲਿਆ। ਅੱਛਾ, ਪਤਲਾ ਜਿਹਾ ਕਰਕੇ ਮੈਂ ਭੇਜ ਲਿਆ, ਮੈਂ ਚਲ ਉਹਨੂੰ ਪਤਲਾ ਜਿਹਾ ਕਰਕੇ ਲਾਉਂਦੇ ਹਾਂ, ਨਾ ਥੋੜ੍ਹਾ ਜ਼ਿਆਦਾ ਲਾਉਂਗੇ ਬੜਾ, ਬਾਹਰ ਸਿੱਧਾ ਛੱਡ, ਹਾਂ ਸਿੱਧਾ ਛੱਡਣਾ ਅਤੇ ਪਤਲਾ ਜਿਹਾ ਲਾ ਦਿਓ। ਬਾਹਰ ਸਿੱਧਾ ਛੱਡ, ਪਾਣੀ ਲਾ ਕਬੂਤਰ ਤੁਸੀਂ ਛੱਡਦੇ ਨਹੀਂ ਸੀ ਅੱਗੇ, ਉਹ ਛੱਡਦੇ ਨਹੀਂ ਗਏ ਅਸੀਂ। ਹਾਂਜੀ। ਅਤੇ ਉਸ ਦਿਨ ਮੈਂ ਸਾਨੂੰ ਲਾਉਣਾ ਪਿਆ ਮਜਬੂਰੀ। ਅੱਛਾ, ਉਹ ਜਨਾਬ ਹੈ ਨਾ ਪਾਣੀ ਹੈ ਭੇਜ ਕੇ ਰੱਖਿਆ ਮੈਂ ਰਾਤ। ਅੱਛਾ, ਉਹ ਰਾਤ ਨੂੰ ਜੋ ਬਿੱਲੀ ਪਈ ਪਾਣੀ ਰੋੜ, ਉਹ ਪਾਣੀ ਰੋੜਤਾ। ਜਦੋਂ ਸੁਬਹ ਉੱਠ ਕੇ ਦੇਖਿਆ ਹੋਣਾ ਤਾਂ ਪਾਣੀ ਹੈ ਨਾ, ਜਦੋਂ ਪਾਣੀ ਹੈ ਨਾ, ਮੈਂ ਉਹਦਾ ਚੁੱਪ ਕਰ ਗਿਆ। ਮੈਂ ਚਲੋ ਠੀਕ ਆ ਵੀ ਨਹੀਂ ਸੀ ਇਹਨੂੰ ਗਿਲਣਾ, ਤਾਂ ਚਲੋ ਅੱਲਾ ਬਾਤ ਇੱਦਾਂ ਹੀ ਛੱਡ ਦੇਣ। ਖਰੋ ਸ਼ਕੂ ਤਾਂ ਜਾ ਕੇ ਛੱਡਦਾ ਉੱਦਾਂ, ਜਦੋਂ ਛੱਡਦਾ ਤਾਂ ਪਤਾ ਤਾਂ ਸੀ ਮੈਨੂੰ, ਮੈਨੂੰ ਪਾਣੀ ਝੱਕਣਾ ਵਾ, ਪਰ ਹਾਲ ਬਹਿੰਦਾ ਨਹੀਂ ਪਾਣੀ 'ਤੇ, ਮੈਨੇ ਬਹਿਣਾ ਨਹੀਂ ਗਾ ਪਾਣੀ 'ਤੇ, ਪਾਣੀ ਝੱਕੂਗਾ। ਖਰੋ ਅਸੀਂ ਜਾ ਕੇ ਬੱਚਾ ਉੱਥੇ ਛੱਡ ਦਿੱਤਾ। ਉਹ ਜਿਹੜੇ ਮੁਖਾਲਫ ਸੀ ਨਾ, ਉਹ ਤਾਂ ਅਸੀਂ ਤਕਰੀਬਨ ਨਾ 2 ਵਜੇ ਜਿੱਤ ਲਿਆ ਸੀ ਉਹਨੂੰ, 2 ਵਜੇ ਨਾ ਜਿੱਤ ਲਿਆ ਸੀ। ਅਤੇ ਗਰਮੀ ਬਹੁਤ ਜ਼ਿਆਦਾ, ਬੜੀ ਗਰਮੀ ਪਈ, ਅਤੇ ਨਾਲੇ ਉਹ ਜਿਹੜਾ ਪਿੰਡ ਹੀ ਨੰਗਾ ਜਿਹਾ, ਤੋਬਾ ਤੋਬਾ ਜਿਹੜੀ ਲੋ ਲੱਗਦੀ ਉੱਥੇ, ਖੁਦਾ ਦੀ ਕਸਮ ਕੰਨ ਸਾੜਦੀ ਵੀ ਉੱਥੋਂ, ਏਡਾ ਉਹ ਨੰਗਾ ਜਿਹਾ ਪਿੰਡ ਆ। ਇੱਦਾਂ ਹੀ ਬੈਠੇ ਮੈਂ ਅਤੇ ਤਾਲਬ ਪਰਲੇ ਪਾਸੇ, ਉੱਥੇ ਪਾਣੀ 'ਤੇ ਉਹਦਾ ਸੀ ਬੱਚਾ, ਆਵੇ ਝੱਸ ਕਰੇ ਨਿਕਲ ਜਾਵੇ, ਆਵੇ ਝੱਸ ਕਰੇ ਨਿਕਲ ਜਾਵੇ। ਇੱਕ ਪੁੱਤਰ ਹੈਗਾ ਸ਼ਾਮੀ 5 ਵਜੇ ਜਾ, ਅਤੇ ਮੈਨੂੰ ਤਾਲਬ ਕਹਿੰਦਾ ਸੀ ਬਾਲਾ ਉਹ ਕੁਛ ਨਹੀਂ ਮਾਰ ਕੇ ਆਤੀ ਜੀ ਦੰਨ ਵੜਦਾ, ਇਹ ਬਹਿ ਜੂਗਾ ਤਾਂ ਇਹਦੇ ਕਰੇ ਪੈਰ ਲਿਬੜ ਜਾਣੇ, ਲਿਬੜ ਕੇ ਮੈਂ ਧੋਲਾ ਵੀ ਇਹਨਾਂ ਨੂੰ, ਕੁਛ ਨਹੀਂ ਹੁੰਦਾ ਹੈ ਕਿਆ। ਖੈਰ ਬੱਚਾ ਹੁਣ ਆਇਆ ਨਾ, ਬੈਠਾ ਐਨ ਤੁਰਿਆ ਜਾਂਦਾ ਨਾ, ਕਪਾਹ ਦੇ ਬੂਟਿਆਂ ਨਾਲ ਲੱਗਾ ਕੇ ਉੱਥੇ ਡਿੱਗ ਗਿਆ, ਬਾਂਹ 'ਚ ਡਿੱਗ ਗਿਆ। ਅਰੇ ਮੇਰਾ ਮੁੰਡਾ ਗਿਆ ਜਾ ਚੱਕ ਲਿਆ, ਆ ਚੱਕ ਕੇ ਜਾਣੇ ਕਿ ਸਾਂਭਿਆ, ਤਾਂ ਮੈਨੂੰ ਕਹਿੰਦੇ ਕੀ ਗੱਲ ਹੋਈ, ਮਗਰ ਰਾਤੀ ਪਾਣੀ ਨਹੀਂ ਲੱਗ ਰਿਹਾ, ਰਾਤੀ ਨੂੰ ਪਾਣੀ ਨਹੀਂ ਲੱਗਾ, ਤਾਂ ਕਰਕੇ ਆਉਂਦਾ ਰਿਹਾ। ਜੇ ਅਗਰ ਇਹਨੂੰ ਥੋੜ੍ਹਾ ਪਾਣੀ ਲੱਗ ਜਾਣਾ, ਫਿਰ ਇਹਨੂੰ ਪੂਰੀ ਪੱਥਰ 'ਚ ਹੋ ਜਾਣਾ, ਫਿਰ ਇਹਨੂੰ ਪੂਰੀ ਪੱਥਰ 'ਚ ਹੋ ਜਾਣਾ, ਫਿਰ ਇਹਨੂੰ ਪਾਣੀ ਪਾਣੀ 'ਤੇ ਨਹੀਂ ਸੀ ਜਾਣਾ, ਫਿਰ ਨਹੀਂ ਸੀ ਚੱਕਣਾ। ਬਾਜ਼ੀ ਆਏ ਨੂੰ ਚੰਗਾ ਸਾਂਭ ਲੈਣਾ, ਹਾਂ ਆਏ ਦੀ ਜਿਹੜੀ ਕਬੂਤਰ ਬਾਜ਼ੀ, ਹਾਂਜੀ, ਇਹ ਸਾਡੀ ਤਕਰੀਬਨ ਨਾ ਅਣਜਾਣ ਜਿਹੜਾ ਬੰਦਾ ਹੈ ਨਾ, ਹਾਂਜੀ, ਉਹਦੀ ਸਮਝ 'ਚ ਆ ਜਾਵੇ ਨਾ ਜੀ, ਉਹ ਵੀ ਇਹ ਵਰਤ ਸਕਦਾ, ਠੀਕ ਹੋ, ਉਹਦੀ ਸਮਝ 'ਚ ਆ ਤੁਹਾਡੇ ਵਾਲਾ ਪਾਣੀ, ਨਹੀਂ ਨਹੀਂ ਕਬੂਤਰ ਜਿਹੜੀ ਆਏ ਕਬੂਤਰ ਬਾਜੀ ਦੀ, ਆਏ ਕਬੂਤਰ ਬਾਜੀ ਨੂੰ ਸਾਹ ਕਬੂਤਰ ਨੂੰ ਸਾਹ, ਹਾਂਜੀ, ਅੱਛਾ ਜੀ, ਇਹ ਜਿਹੜੀ ਹੈ ਨਾ, ਅੱਛਾ ਜੀ, ਇਹ ਜਿਹੜੀ ਸਮਝ ਆ ਜਾਂਦੀ ਹਰ ਬੰਦੇ ਨੂੰ, ਹਾਂਜੀ, ਜਿਹੜੀ ਆਏ ਕਬੂਤਰ ਬਾਜੀ ਨਾ, ਇਹ ਸਾਡੀ ਕਬੂਤਰ ਬਾਜੀ ਬਹੁਤ, ਤੁਸੀਂ ਉਹਨਾਂ ਨਾਲੇ ਪਾਣੀ ਦੱਸੋ, ਨਾਲੇ ਉਹਦਾ ਤਰੀਕਾ ਦੱਸੋ, ਕਿਹੜੇ ਕਿਹੜੇ ਟਾਈਮ ਲਾਉਣਾ, ਕਿਵੇਂ ਕਿਵੇਂ ਲਾਉਣਾ। ਉਹ ਜਿਹੜਾ ਪਾਣੀ ਹੈ ਨਾ ਜੀ, ਹਾਂਜੀ, ਰਾਤ ਨੂੰ ਭੇਣਾ ਵੀ ਇੰਨਾ ਕਿ ਵੀ ਜਿੰਨਾ ਵੀ ਪਤਲਾ ਹੋ ਕੇ ਉਹਨੂੰ ਲੱਗ ਜਾਵੇ, ਅੱਛਾ ਜੀ, ਜਿੰਨਾ ਵੀ ਪਤਲਾ ਹੋ ਕੇ ਲੱਗ ਜਾਵੇ ਉਨਾ ਹੀ ਪਤਲਾ ਕਰਕੇ ਉਹਨੂੰ ਲਾਉਣਾ, ਸੰਘਣਾ ਨਾ ਉਹਨੂੰ ਲੱਗੇ, ਠੀਕ ਹੋ ਗਿਆ, ਜਿੰਨਾ ਪਤਲਾ ਲੱਗੇਗਾ ਉਹਨਾਂ ਰਿਜ਼ਲਟ ਜ਼ਿਆਦਾ ਆਏਗਾ, ਉਹਨਾਂ ਜ਼ਿਆਦਾ, ਜਿੰਨਾ ਸੰਘਣਾ ਲੱਗੇਗਾ ਉਹਨਾਂ ਰਿਜ਼ਲਟ ਘੱਟ ਆਏਗਾ, ਹਾਂਜੀ, ਅੱਛਾ ਜੀ, ਹਾਂਜੀ, ਹਾਂਜੀ, ਠੀਕ ਹੋ ਗਿਆ। ਇਹੋ ਆ ਜੀ, ਆਹ ਸਰਦ ਚੀਨੀ ਲੈ ਲੈਣੀ, ਸਰਦ ਚੀਨੀ ਕਿੰਨੀ, ਇਹ ਆਪਦੀ ਮਕਦਾਰ ਅੱਧਾ ਅੱਧਾ ਤੋਲਾ ਕਰ ਲਓ, ਤੋਲਾ ਤੋਲਾ ਕਰ ਲਓ, ਸਰਦ ਚੀਨੀ 1 ਤੋਲਾ ਹੋ ਗਈ, ਹਾਂਜੀ, 20 ਦਾਣਾ, 20 ਦਾਣਾ 1 ਤੋਲਾ ਹੋ ਗਿਆ, ਇਹ ਸੰਦਲਬੂਰ 1 ਤੋਲਾ ਹੋ ਗਿਆ, ਅਤੇ ਸੰਦਲਬੂਰ, ਅੱਛਾ ਜੀ, ਅੱਕਰਫੂਰ, ਅੱਕੜ ਅੱਕੜ ਕੌੜਾ ਕਿ ਅੱਕੜ, ਅੱਕਰਫੂਰ, ਅੱਕਰਫੂਰ, ਹਾਂ, ਅੱਛਾ ਜੀ,
ਉਹ ਵੀ 1 ਤੋਲਾ ਹੋ ਗਿਆ ਇਹ ਆਪ ਦੀ ਮੁਕਤਸਰ ਭਾਵੇਂ ਅੱਧਾ ਅੱਧਾ ਤੋਲਾ ਕਰ ਲਓ ਹਾਂਜੀ ਭਾਵੇਂ ਤੋਲਾ ਜਿੰਨਾ ਬਣਾਣਾ ਉਹਨਾਂ ਉਹਨਾਂ ਲੈ ਲਓ ਹਾਂ ਉਹਨਾਂ ਉਹਨਾਂ ਲੈ ਲਓ ਤੋਲਾ ਤੋਲਾ ਲੈ ਲੈਣਗੇ ਵੱਲ ਬਣ ਜਾਂਦਾ ਅੱਧਾ ਅੱਧਾ ਤੋਲਾ ਲੈ ਲੈਣਗੇ ਮਕਦਾਰ ਇੱਕ ਹੀ ਰੱਖਣੀ ਇੱਕ ਹੀ ਰੱਖਣੀ ਅੱਛਾ ਜੀ ਇੱਥੇ 4 ਚੀਜ਼ਾਂ ਹੋ ਗਈਆਂ ਵੇਚਣਾ ਇਹਦੇ ਇੱਕ ਸ਼ਾਇਦ ਆੜਾ ਕੋਲ ਡੋਡਾ ਵਾ ਕੋਲ ਡੋਡਾ ਇਹ ਇੱਕ ਦਾਣਾ ਵਿੱਚ ਪਾਉਣਾ ਇਹ ਇੱਕ ਦਾਣਾ ਪਾਣਾ ਦੂਜਾ ਤੋਲਾ ਤੋਲਾ ਹੋਵੇ ਇੱਕ ਦਾਣਾ ਇੱਕ ਦਾਣਾ ਜੇ ਅੱਧਾ ਤੋਲਾ ਹੋਵੇ ਤੇ ਅੱਧਾ ਅੱਧਾ ਨਹੀਂ ਨਹੀਂ ਫੇਰ ਦਾਣਾ ਪੂਰਾ ਹੀ ਪਾ ਦੇਣਾ ਅੱਛਾ ਫਿਰ ਪੂਰਾ ਦਾਣਾ ਪੂਰਾ ਹੀ ਪਾ ਦੇਣਾ ਅੱਛਾ ਜੀ ਇਹਦਾ ਇਹਦਾ ਇੱਕ ਅੱਛਾ ਜੀ ਇਹਦਾ ਇੱਕ ਦੁੱਧ ਪਾਉਣਾ ਅੱਛਾ ਜੀ ਬਾਕੀ ਇਹ ਆ ਸਰਦ ਚੀਨੀ ਲਿਖ ਲਈ ਤਵਾਸ਼ੀਰ ਲਿਖ ਲਈ ਹਾਂ ਤਵਾਸ਼ੀਰ ਰਹਿ ਗਈ ਇੱਦਾਂ ਜੇ ਸੌਦੇ ਜਿਹੜੇ ਤਵਾਸ਼ੀਰ ਵੀ ਇੱਕ ਤੋਲਾ ਹਾਂ ਬਸ ਠੀਕ ਹੋ ਗਿਆ ਬਸ ਇਹੋ ਜਿਹੜੇ ਸੌਦੇ ਹੋਣਾ ਸੀ ਅੱਛਾ 6 ਸੌਦੇ ਹੋ ਗਏ ਹਾਂ ਜੀ ਇਹ ਅਸੀਂ ਲਾ ਲੈਣੇ ਹੁੰਦੇ ਅੱਛਾ ਜੀ ਅਤੇ ਇਹਨਾਂ ਨੇ ਇੱਕ ਜਾਣ ਕਰਕੇ ਪੀ ਲੈਣਾ ਪੀ ਲੈਣਾ ਸਵਾਦ ਕੇ ਰੱਖ ਅਤੇ ਇਹਨੂੰ ਪਤਲਾ ਜਿਹਾ ਕਰਕੇ ਲਾਉਣਾ ਕਿੰਨੇ ਪਾਣੀ 'ਚ ਕਿੰਨਾ ਪਾਉਣਾ ਹੈ ਪਾਣੀ ਤਕਰੀਬਨ 20 ਸੀਸੀ ਦੇ ਦਿਓ 20 ਸੀਸੀ ਨਹੀਂ ਅੱਧਾ ਗਲਾਸ ਹੋਵੇ ਹਾਂਜੀ ਉਹਦੇ 'ਚ ਕਿੰਨਾ ਪਾਣੀ ਪਾਉਣਾ ਅੱਧਾ ਗਲਾਸ ਕੀ ਕਰਨਾ ਜੀ ਐਂ ਕਰਕੇ ਨਾ ਹਾਂਜੀ ਇਹ ਇੱਦਾਂ ਚੱਕੀ ਚੂੰਡੀ ਭਰੀ ਹਾਂਜੀ ਐਵੇਂ ਮਾੜਾ ਜਿਹਾ ਨਿੱਕਾ ਜਿਹਾ ਕਾਖਿਆ ਨਹੀਂ ਕਿ ਆਹ ਵੇਖ ਲੈ ਹਾਂਜੀ ਆਹ ਚੱਕ ਲਈ ਨਾ ਐਂ ਭੇਜਤਾ ਅੱਛਾ ਦੋ ਉਂਗਲਾਂ ਦੀ ਥੋੜ੍ਹੀ ਚੂੰਡੀ ਹਾਂ ਪਾਤਾ ਹੈ ਨਾ ਹਾਂਜੀ ਜਦੋਂ ਸੁਬਾਹ ਤੁਸੀਂ ਦੇਣਾ ਵਾ ਜਦੋਂ ਤੁਸੀਂ ਹਿਲਾਇਆ ਤੁਹਾਨੂੰ ਪਤਾ ਲੱਗ ਜਾਣਾ ਵੀ ਸਾਡਾ ਪਾਣੀ ਬਹੁਤਾ ਗਹਿਰਾ ਤਾਂ ਨਹੀਂਗਾ ਹਾਂਜੀ ਜੇ ਬਹੁਤਾ ਗਹਿਰਾ ਹੋਵੇ ਤਾਂ ਥੋੜ੍ਹਾ ਸਾਦਾ ਹੋਰ ਵਿੱਚ ਪਾ ਲਓ ਅੱਛਾ ਜੀ ਹੁਣ ਮਿਲਾ ਕੇ ਥੋੜ੍ਹਾ ਪਤਲਾ ਕਰ ਲਓ ਪਤਲਾ ਕਰਕੇ ਉਹਨੂੰ ਦੇ ਦਿਓ ਠੀਕ ਹੋ ਗਿਆ ਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਉਹਨੂੰ ਰੱਖ ਲੈਣਾ ਛੋਟੀ ਜਿਹੀ ਚੂੰਡੀ ਹਲਕੀ ਜੀ ਹਾਂਜੀ ਹਲਕੀ ਜਿਹੜਾ ਵੀ ਕਣਕ ਦੇ ਦਾਣੇ ਜਿੰਨਾ ਜਿਹੜਾ ਨਾ ਵਿੱਚ ਪੈ ਜਾਵੇ ਹਾਂ ਪੈ ਜਾਵੇ ਠੀਕ ਹੈ ਤਿੰਨਾਂ ਨਲਕੀਆਂ ਪਾਣੀ ਦੀਆਂ ਹਾਂਜੀ ਹਾਂਜੀ ਸਵੇਰੇ ਉਹਨੂੰ ਉੱਠ ਕੇ ਚੈੱਕ ਕਰ ਲੈਣਾ ਪੁਣ ਲੈਣਾ ਪੁਣ ਕੇ ਜੇ ਉਹ ਸੰਘਣਾ ਹੋਵੇ ਤਾਂ ਉਹਨਾਂ ਹੀ ਹੋਰ ਪਾ ਲੈਣਾ ਹਾਂਜੀ ਹਾਂਜੀ ਉਹਨੂੰ ਪਤਲਾ ਕਰ ਲੈਣਾ ਜੇ ਉਹ ਪਤਲਾ ਹੋਵੇ ਤਾਂ ਜਾਨਵਰ ਨੂੰ ਦੇ ਦੇਣਾ ਬਸ ਠੀਕ ਹੈ ਉਹ ਜੇ ਤੁਸੀਂ ਘਰ ਡਾਣਾ ਹਾਂਜੀ ਠੀਕ ਹੈ ਉਹਨੂੰ ਦੇਣਾ ਹਾਂਜੀ ਠੀਕ ਹੈ ਜੇ ਬਾਹਰ ਸਿੱਧਾ ਡਾਣਾ ਤਾਂ ਉਹਨੂੰ ਬਹੁਤਾ ਪਤਲਾ ਕਰ ਲੈਣਾ ਬਹੁਤਾ ਪਤਲਾ ਫਿਰ ਉਹ ਬਹੁਤਾ ਇੱਕ ਨਲਕੀ ਦੋ ਨਲਕੀਆਂ ਪਾ ਲੈਣਾ ਹਾਂਜੀ ਹਾਂਜੀ ਜੇ ਘਰ ਡਾਣਾ ਤਾਂ ਇੱਕ ਨਲਕੀ 'ਚ ਇੱਕ ਹੋਰ ਪਾ ਲੈਣਾ ਇੱਕ ਹੋਰ ਪਾ ਠੀਕ ਹੈ ਇਹ ਤਰੀਕਾ ਜੀ ਹਾਂਜੀ ਇਸ ਤਰੀਕੇ ਨਾਲ ਪਾਣੀ ਨੂੰ ਦੇਣਾ ਠੀਕ ਹੋ ਗਿਆ ਜੀ ਤੁਹਾਨੂੰ ਇਹ ਸਾਰੀ ਗੱਲ ਦੱਸ ਦਿੱਤੀ ਹੈ ਜੀ ਇਨਸ਼ਾਅੱਲਾ ਅੱਜ ਦੀ ਵੀਡੀਓ ਸਾਨੂੰ ਇਜਾਜ਼ਤ ਦਿਓ ਨਵੀਂ ਵੀਡੀਓ ਲੈ ਕੇ ਆਉਣ ਦੇ 2 ਘੰਟੇ ਅੱਛਾ ਜੀ ਜਦੋਂ ਆਣ ਕੇ ਬਹਿ ਗਿਆ ਨਾ ਹਕੂਮਤ ਹਾਂਜੀ ਉਹਨੂੰ ਅਸੀਂ ਥੋੜ੍ਹਾ ਜਿਹਾ ਨੱਪਣਾ ਘੁੱਟਣਾ ਮਾੜਾ ਜਿਹਾ ਹਾਂਜੀ ਸਾਦਾ ਪਾਣੀ ਜੇ ਉਹਨੂੰ ਸਾਫ਼ ਕਰ ਦੇਣਾ ਜੀ ਪਟ ਦੇਣਾ ਇਵੇਂ ਛੋਲਿਆਂ ਦੇ ਦਾਣੇ ਜਿੰਨਾ ਜਿਹੜਾ ਨਾ ਹਾਂਜੀ ਇਹ ਉਹਨੂੰ ਅਸੀਂ ਦੇਣਾ ਹਾਂਜੀ ਦੇਖ ਕਬੂਤਰਾਂ ਕਰਕੇ ਧੁੱਪੇ ਰੱਖ ਦੇਣਾ ਠੀਕ 15-20 ਮਿੰਟਾਂ 'ਚ ਬਾਅਦ ਕਬੂਤਰਾਂ ਪੂਰਾ ਪ੍ਰੈਸ ਹੋ ਗਿਆ ਜਦੋਂ ਅਗਲੇ ਦਿਨ ਛੱਡੂਗਾ ਉਹ ਹੀ ਕਬੂਤਰ ਹਾਂਜੀ ਉਹ ਦਿਨ ਘੰਟਾ ਉੱਡ ਗਿਆ ਅਗਲੇ ਦਿਨ 3 ਘੰਟੇ ਉੱਡ ਜਾਣ ਕੇ ਬੈਠੂਗਾ ਕਬੂਤਰ ਹਾਂਜੀ